ਜਸਤੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਤਰੀਕ ਜਿਵੇਂ ਜਿਵੇਂ ਨੇੜੇ ਆਉਂਦੀ ਜਾ ਰਹੀ ਆ ਉਵੇਂ ਉਵੇਂ ਸਿਆਸਤ ਭਖਦੀ ਜਾ ਰਹੀ ਹੈਗੀ ਹੈ। ਹਾਲਾਂਕਿ ਸਿਆਸਤ ਇੱਥੇ ਪੈਨਲ 'ਚ ਬੈਠ ਕੇ ਇਹ ਗੱਲ ਕਹਿੰਦੀ ਹੈਗੀ ਹੈ ਕਿ ਸਾਂਝੀ ਵਾਲਤ ਦੀ ਗੱਲ ਕਰਨੀ ਚਾਹੀਦੀ ਹੈ, ਹੁਣ ਸਿਆਸਤ ਛੱਡ ਦੇਣੀ ਚਾਹੀਦੀ ਹੈ ਅਤੇ ਮੀਡੀਆ ਨੂੰ ਵੀ ਇਹ ਸਮਝਾਇਆ ਜਾ ਰਿਹਾ ਕਿ ਬਾਤ ਦਾ ਪਤੰਗੜ ਨਾ ਬਣਾਇਆ ਕਰੋ। ਅਸੀਂ ਉਹਨਾਂ ਦੀ ਗੱਲ ਮੰਨ ਲੈਂਦੇ ਹਾਂ ਪਰ ਉਹ ਪਤੰਗੜ ਆਪ ਹੀ ਬਣਾ ਕੇ ਸਾਡੇ ਅੱਗੇ ਰੱਖ ਦਿੰਦੇ, ਫਿਰ ਸਾਨੂੰ ਡਿਬੇਟ ਕਰਨੀ ਪੈਂਦੀ ਹੈਗੀ ਹੈ। ਅਤੇ ਇਸ ਡਿਬੇਟ ਦੇ ਵਿੱਚ ਕਿਹੜੇ ਮੁੱਦੇ ਹੋਣਗੇ ਉਹ ਸਾਰਾ ਕੁਝ ਦੱਸੂਗਾ, ਪਰ ਸਵਾਲ ਇਹ ਪੁੱਛੂੰਗਾ ਜ਼ਰੂਰ, ਬਾਬੇ ਨਾਨਕ ਦੇ ਲਾਂਘੇ 'ਚ ਸਿਆਸੀ ਫਾਟਕ ਕਿਉਂ? ਸ਼ਰਤਾਂ 'ਤੇ ਸਿਆਸਤ ਹੋ ਰਹੀ ਹੈ, ਸ਼ਰਤਾਂ ਵੀ ਲੱਗ ਰਹੀਆਂ ਹੈਗੀਆਂ, ਕਿਹੜੀਆਂ ਸ਼ਰਤਾਂ ਮੰਨੀਆਂ ਜਾਣ, ਕਿਹੜੀਆਂ ਨਾ ਮੰਨੀਆਂ ਜਾਣ, ਅੱਜ ਬਹਿਸ ਇਸ ਲਈ ਕਰ ਰਹੇ ਹਾਂ। ਕਰਤਾਰਪੁਰ ਲਾਂਘੇ 'ਤੇ ਅੱਜ ਦਿਨ ਸ਼ਰਤਾਂ ਦੇ ਰੌਲੇ 'ਤੇ ਸਿਆਸਤ ਜਾਰੀ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਜਿਹੜੇ ਪਾਕਿਸਤਾਨ ਦੇ ਨੇ, ਉਹਨਾਂ ਨੇ ਸਿੱਖ ਸੰਗਤ ਲਈ ਪਾਸਪੋਰਟ ਦੀ ਸ਼ਰਤ ਖਤਮ ਕਰਨ ਬਾਰੇ ਟਵੀਟ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਵਾਗਤ ਕੀਤਾ ਕਿ ਤੁਸੀਂ ਪਾਸਪੋਰਟ ਦੀ ਸ਼ਰਤ ਖਤਮ ਕੀਤੀ ਹੈਗੀ ਹੈ। ਪਾਕਿਸਤਾਨ ਨੇ 10 ਦਿਨ ਪਹਿਲਾਂ ਸੂਚਨਾ ਦੇਣ ਵਾਲੀ ਸ਼ਰਤ ਵੀ ਮੁਕਾ ਦਿੱਤੀ ਹੈ, 2 ਦਿਨ ਲਈ ਫੀਸ ਵੀ ਮਾਫ਼ ਕੀਤੀ ਹੈ। ਇਹ 2 ਦਿਨ ਲਈ ਫੀਸ ਉਹ ਮਾਫ਼ ਹੋਊਗੀ ਜਦੋਂ ਇੱਥੋਂ ਜੱਥਾ ਜਾਣਾ ਪਹਿਲਾਂ, ਜਦੋਂ ਕਰਤਾਰਪੁਰ ਲਾਂਘਾ ਖੁੱਲ੍ਹਾ ਹੈਗਾ ਅਤੇ ਜਦੋਂ ਪ੍ਰਕਾਸ਼ ਪੁਰਬ ਹੈਗਾ, ਯਾਨੀ ਕਿ 9 ਅਤੇ 12 ਤਰੀਕ ਨੂੰ। ਕੈਪਟਨ ਬਾਦਲ ਨੇ ਇਹ ਮੰਗ ਮੁੜ ਦੁਹਰਾਈ ਹੈ ਕਿ $20 ਸਰਵਿਸ ਫੀਸ ਖਤਮ ਕਰਨ ਦਾ ਫੈਸਲਾ ਵੀ ਲਵੇ ਪਾਕਿਸਤਾਨ। ਪਾਸਪੋਰਟ ਦੀ ਸ਼ਰਤ ਖਤਮ ਕਰਵਾਉਣ ਵਿੱਚ UK ਦੇ ਕਾਰੋਬਾਰੀ ਪੀਟਰ ਵਿਰਦੀ ਦੀ ਭੂਮਿਕਾ ਹੈਗੀ ਹੈ। ਸੁਖਜਿੰਦਰ ਸਿੰਘ ਰੰਧਾਵਾ ਦਾਅਵਾ ਕਰਦੇ ਪਏ ਆ, ਕਹਿੰਦੇ ਮੈਂ ਉਹਨਾਂ ਨੂੰ ਫੋਨ 'ਤੇ ਉਹਨਾਂ ਨਾਲ ਗੱਲ ਵੀ ਕੀਤੀ ਸੀਗੀ। ਲਾਂਘੇ ਦੇ ਉਦਘਾਟਨ ਅਤੇ ਪ੍ਰਕਾਸ਼ ਪੁਰਬ ਮੌਕੇ ਫੀਸ ਮਾਫ਼ ਹੈ, ਪਰ ਪੋਰਟਲ 'ਤੇ 13 ਨਵੰਬਰ ਤੋਂ ਰਜਿਸਟ੍ਰੇਸ਼ਨ ਹੋ ਰਹੀ ਹੈ। 9 ਤੋਂ 12 ਤੱਕ ਕੋਈ ਰਜਿਸਟ੍ਰੇਸ਼ਨ ਨਹੀਂ ਹੈ। ਜਿਹੜੀ ਹੁਣ ਜਦੋਂ ਅਸੀਂ ਡਿਬੇਟ ਕਰ ਰਹੇ ਹਾਂ ਉਸ ਵੇਲੇ ਦੀ ਅਪਡੇਟ ਤੁਹਾਨੂੰ ਮੈਂ ਦੱਸ ਰਿਹਾ। ਸਰਹੱਦ ਪਾਰੋਂ ਸੱਦਾ ਮਿਲਣ ਅਤੇ ਸਰਹੱਦ ਪਾਰ ਜਾਣ ਦੀ ਮਨਜ਼ੂਰੀ ਝੜੀ ਕੇ ਪੈਣ 'ਤੇ ਵੀ ਸਿਆਸਤ ਹਾਵੀ ਹੈ। ਪੰਜਾਬ ਸਰਕਾਰ 'ਤੇ 31 ਮੈਂਬਰੀ ਵਫਦ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਨਾ ਮਿਲਣ 'ਤੇ ਇਲਜ਼ਾਮ ਤਰਾਸ਼ੀਆਂ ਹੋਈਆਂ ਕਿ ਪੂਰੇ 31 ਮੈਂਬਰਾਂ ਡੈਲੀਗੇਸ਼ਨ ਉਹਨਾਂ ਨੂੰ ਮਨਜ਼ੂਰੀ ਕਿਉਂ ਨਹੀਂ ਦਿੱਤੀ ਗਈ ਅਤੇ ਉਹ ਇਲਜ਼ਾਮ ਲਾਏ ਜਾ ਰਹੇ ਹੈਗੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ। ਨਨਕਾਣਾ ਸਾਹਿਬ ਲਈ ਨਗਰ ਕੀਰਤਨ 'ਚ ਸਰਨਾ ਨੂੰ ਪਰਮਜੀਤ ਸਰਨਾ ਜਿਹੜੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਨੇ, ਉਹਨਾਂ ਰੋਕੇ ਜਾਣ 'ਤੇ ਦਿੱਲੀ ਤੋਂ ਪੰਜਾਬ ਤੱਕ ਸਿਆਸਤ ਪੱਕੀ ਹੈ ਅਤੇ ਸਰਨਾ ਨੇ ਇਹ ਵੀ ਕਹਿ ਦਿੱਤਾ ਹੈਗਾ ਉਹਨਾਂ ਨੇ ਪ੍ਰਧਾਨ ਮੰਤਰੀ ਸਣੇ ਅਕਾਲੀ ਦਲ 'ਤੇ ਵੀ ਹਮਲਾ ਕੀਤਾ ਹੈਗਾ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਵੱਲੋਂ ਸੱਦਾ ਮਿਲਣ 'ਤੇ ਵੀ ਸਿਆਸਤ ਮਿਹਨੋ ਮਿਹਨੀ ਹੋ ਰਹੀ ਹੈ। ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਸਣੇ ਪ੍ਰਕਾਸ਼ ਪੁਰਬ ਦੇ ਸਮਾਗਮਾਂ 'ਚ ਵੀ ਸ਼ਰਤਾਂ ਨੇ ਸਿਆਸਤ ਵੰਡ ਦਿੱਤੀ ਹੈ ਅਤੇ ਸਿਆਸਤ ਇਹੋ ਜਿਹੀ ਵੰਡੀ ਗਈ ਹੈਗੀ ਹੈ ਕਿ ਕਿਤੇ ਸੁਰੱਖਿਆ ਦਾ ਹਵਾਲਾ ਦੇ ਕੇ ਸਟੇਜ ਵੱਖਰੀ ਹੈਗੀ ਹੈ, ਕਿਤੇ ਆਪ ਸਹਿਮਤੀ ਨਹੀਂ ਹੈ ਕਿ ਇਸ ਕਰਕੇ ਸਟੇਜ ਵੱਖਰੀ ਹੈਗੀ ਹੈ। ਬੜੇ ਇਹੋ ਜਿਹੇ ਇਲਜ਼ਾਮ ਤਰਾਸ਼ੀਆਂ ਹੋ ਰਹੀਆਂ, ਸ਼ਰਤਾਂ 'ਤੇ ਸਿਆਸਤ ਹੋ ਰਹੀ ਹੈ ਅਤੇ ਇਹ ਸਭ ਕੁਝ ਕੀ ਹੋ ਰਿਹਾ। ਗੁਰੂ ਘਰ ਜਾਣ ਦੇ ਲਈ ਇਹ ਸ਼ਰਤਾਂ ਕਿਉਂ ਰੱਖੀਆਂ ਜਾ ਰਹੀਆਂ ਹੈਗੀਆਂ, ਸਾਂਝੀ ਵਾਲਤਾ ਦੀ ਥਾਂ ਸ਼ਰਤਾਂ ਭਾਰੂ ਕਿਉਂ ਹੈਗੀਆਂ, ਪਹਿਲਾਂ ਸੁਣ ਲਈਏ। ਮੈਂ ਪ੍ਰਧਾਨ ਇਮਰਾਨ ਖਾਨ ਜੀ ਨੂੰ ਪਹਿਲੀ ਬੇਨਤੀ ਕੀਤੀ ਸੀ, ਮੈਂ ਕਿਹਾ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਤੁਸੀਂ ਤੁਹਾਡਾ ਜੀ ਕਰਦਾ ਸਾਊਦੀ ਅਰੇਬੀਆ ਜਾ ਕੇ, ਤੁਸੀਂ ਜਾਂਦੇ ਹੋ, ਸਾਰੇ ਭਾਈਚਾਰਾ ਜਾਂਦਾ ਉੱਥੇ, ਮੱਕਾ ਮਦੀਨਾ ਜਾਂਦਾ। ਸਾਡੇ ਵਾਸਤੇ ਆਹ ਸਭ ਤੋਂ ਪਵਿੱਤਰ ਸਥਾਨ ਹੈ, ਸਾਰੀ ਕੌਮ ਜਾਣਾ ਚਾਹੁੰਦੀ ਹੈ। ਜੇ ਤੁਸੀਂ $20 ਟੈਕਸ ਲਾ ਲਓਗੇ ਆਹ ਮਾੜੀ ਗੱਲ ਹੈ। ਹੁਣ ਜੇ ਤੁਸੀਂ ਇੱਕ ਦਿਨ ਵਾਸਤੇ ਮਾਫ਼ ਕਰੋ, ਇੱਕ ਦਿਨ 'ਚ ਕੀ ਹੈ, 2000 ਬੰਦਾ ਚਲੇ ਜਾਊਗਾ। ਪਹਿਲੇ ਦਿਨ ਨੌਕਰੀ 500 ਬੰਦਾ, ਸਾਰੇ VIPs ਹੈ, ਉਹ ਸਾਰੇ ਅਫੋਰਡ ਕਰ ਸਕਦੇ ਆ। ਜਿਹੜੇ ਲੋਕ ਨਹੀਂ ਅਫੋਰਡ ਕਰ ਸਕਦੇ ਉਹਨਾਂ ਦੇ ਤੁਸੀਂ ਲਾ ਰਹੇ ਹੋ, ਅਸੀਂ ਤੈਨੂੰ ਤਿਆਰ ਹੈ। ਤੁਸੀਂ ਐਂ ਕਰੋ, ਸਾਨੂੰ ਚਾਰਜ ਕਰ ਲਓ, ਦੂਜਿਆਂ ਨੂੰ ਮਾਫ਼ ਕਰ ਦਿਓ। ਔਰ ਅੱਜ ਜੋ ਇਮਰਾਨ ਖਾਨ ਦਾ ਸਾਹਿਬ ਦਾ ਟਵਿੱਟਰ 'ਤੇ ਟਵੀਟ ਹੋਇਆ ਕਿ ਜਿਹੜੀ ਪਾਸਪੋਰਟ ਦੀ ਸ਼ਰਤ ਖਤਮ ਕੀਤੀ ਗਈ, ਕੋਈ ਵੀ ID ਲੈ ਕੇ ਉਹਨੂੰ ਕੀਤਾ ਜਾਏ। ਮੈਂ ਜਿਹੜੇ ਪੀਟਰ ਵਿਰਦੀ ਇੰਗਲੈਂਡ ਦੇ ਵਿੱਚ ਨੇ, ਜਿਨ੍ਹਾਂ ਨੇ ਬੜੀ ਸੇਵਾ ਕੀਤੀ ਹੈ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬਾਨ ਦੀ, ਵੀ ਕੱਲ੍ਹ ਉਹਨਾਂ ਨਾਲ ਵੀ ਗੱਲ ਕੀਤੀ ਸੀ ਕਿ ਲੋਕਾਂ ਦੇ ਵਿੱਚ ਬਹੁਤ ਵੱਡੀ ਦੋਬੇ ਦਾ, ਅਤੇ ਉਹਨਾਂ ਨੇ ਇਹ ਜਿਹੜਾ ਕਿ 10 ਘੰਟੇ ਦੇ ਵਿੱਚ ਇਹ ਅਨਾਊਂਸਮੈਂਟ ਕਰਾ ਕੇ ਬਹੁਤ ਵੱਡੀ ਗੁਰੂ ਨਾਨਕ ਸਾਹਿਬ ਦੀਆਂ ਆਸ਼ੀਰਵਾਦ ਉਹਨਾਂ ਪ੍ਰਾਪਤ ਕੀਤੇ ਆ। ਖਾਸ ਕਰਕੇ ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਤੇ ਤੁਹਾਨੂੰ ਚਾਈਨਾ ਦੀ ਸਰਕਾਰ ਰੋਕ ਲੈ, ਹੋ ਯੂ ਵਿਲ ਫੀਲ, ਹੋ ਯੂ ਵਿਲ ਫੀਲ, ਹੋਰ ਅਮਿਤ ਸ਼ਾਹ ਵਿਲ ਫੀਲ। ਤੁਸੀਂ ਸਿੱਖਾਂ ਦਾ ਹੱਕ ਜਾਣਦੇ ਹੋ ਭਾਈ, ਅਸੀਂ ਗੁਰਦੁਆਰਿਆਂ ਦੇ ਦਰਸ਼ਨ ਕਰਨਾ ਚਾਹ ਸਕੀਏ, ਅਸੀਂ ਸਿੱਖਾਂ ਨੂੰ ਗੁਰਦੁਆਰੇ ਦਰਸ਼ਨ ਕਰਨ ਵਾਸਤੇ ਲਿਜਾ ਨਾ ਸਕੀਏ, ਲਿਜਾਈਆ ਨਹੀਂ। ਕਿ ਜਿਹਨਾਂ ਕੋਲ ਪਾਸਪੋਰਟ ਨਹੀਂ ਹੈਗੇ ਫਿਰ ਉਹਨਾਂ ਦਾ ਕਾਫੀ ਪੈਸਾ ਪਾਸਪੋਰਟ ਬਣਾਉਣ 'ਤੇ ਲੱਗੂਗਾ, ਠੀਕ ਹੈ ਨਾ। ਅਤੇ ਫਿਰ ਜਿਹੜਾ $20 ਦਾ ਜਿਹੜਾ ਉਹਨਾਂ ਨੇ ਫੀਸ ਰੱਖੀ ਹੈ, ਹਾਲਾਂਕਿ ਦਿੱਲੀ ਸਰਕਾਰ ਨੇ ਤਾਂ ਉਹਨੂੰ ਫ੍ਰੀ ਕਰਤਾ, ਦਿੱਲੀ ਸਰਕਾਰ ਪੇ ਕਰ ਦੂਗੀ ਦਿੱਲੀ ਦੇ ਸ਼ਰਧਾਲੂਆਂ ਦਾ। ਪੰਜਾਬ ਸਰਕਾਰ ਕੋਲ ਬਹੁਤ ਵੱਡਾ ਬਜਟ ਹੈ, ਸ਼੍ਰੋਮਣੀ ਕਮੇਟੀ ਕੋਲ ਬਹੁਤ ਵੱਡਾ ਬਜਟ ਹੈ, ਉਹ ਵੀ ਉਹ ਫ੍ਰੀ ਕਰ ਸਕਦੇ ਨੇ, ਹੈ ਨਾ। ਤੋ ਉਹਨਾਂ ਨੇ ਤਾਂ ਗੁਰਪੁਰਬ ਵਾਲੇ ਦਿਨ ਅਤੇ ਜਿਸ ਦਿਨ ਉਦਘਾਟਨ ਹੋਊਗਾ ਉਹ ਉਹਨਾਂ ਦੋਨਾਂ ਦਿਨਾਂ ਦਾ ਫ੍ਰੀ ਕੀਤਾ।
सवाल कोई पूछा जाएगा एस्टीमेट दे सवाल यह पूछा जाएगा करतारपुर लांघे ते सांझीवाल साहिब थां शर्तां पारू क्यों इसे सवाल से डिबेट करांगे पैनल साडा मौजूद हैगा उहनां दा तारुफ करा रहा विक्रमजीत सिंह सीनियर जर्नलिस्ट ने विक्रमजीत सिंह अक्सर करतारपुर लांघे डिबेट च शामिल हुंदे ने विक्रमजीत सिंह तुहाडा बहुत स्वागत है डॉक्टर गुरदर्शन सिंह ढिल्लो सिख बुद्धजीवी तौर पर साडे नाल विचरदे रहे ने ते अज वी सिख बुद्धजीवी तौर पर विचरणगे डॉक्टर गुरदर्शन सिंह ढिल्लो तुहाडा बहुत स्वागत है गुरप्रीत सिंह ढिल्लो भारतीय जनता पार्टी के बुलारे आ ढिल्लो साहब तुहाडा बहुत स्वागत है यूथ लीडर ने गुरमनीत मांगट ये कांग्रेस के बुला रहे हैं ये यूथ आगू है तो बड़े चिरों बाद इन्होंने दर्शन दते है क्योंकि इन्होंने दर्शन देने तो मना किया पार्टी ने हुण आ गए इन्हों का खास स्वागत करते हैं मांगट साहब थोड़ा बहुत स्वागत है सब तो पहला सवाल मांगट साहब तुहानू करना चाहूँगा मांगट साहब इमरान खान ने पासपोर्ट वाली शर्त है जी खत्म कर दी है तुम स्वागत कर रहे हो हाँ जी उधरला स्वागत इधरली केंद्र सरकार ने किया लोगों का इधरों तो कुछ नहीं किया गया हजे देखो जी एक इनिशिएटिव लिया गया तो ये ऑन दी रिकॉर्ड नहीं सीगा पहला पाकिस्तान दे नाल जो भी कन्वर्सेशन हुई सी पहला एक कंडीशन नहीं सी भी पासपोर्ट नहीं ले जाएंगे हुण पाकिस्तान ने प्रपोज किया यार लेकिन फाइनल कॉल तो मिनिस्ट्री ऑफ एक्सटर्नल अफेयरस फाइनल कॉल हो जूगी इधरों होपफुली होनी चाहिए है जी ए ए पांच साढ़े पांच सौ जड़ा अपना प्रकाश पुरब हैगा गुरु नानक देव जी का ये कला सिख कौम ले नहीं बल्कि पूरी दुनिया च जिहड़े ह्यूमैनिटी ते इंसानियत दी गल करदे रहे इस सारयां लई एक बहुत वड्डा दिन हैगा जी सो इत्थे मेरे ख्याल नाल जे पाकिस्तान ने थोड़े एफर्ट किते आ ते अपनी गवर्नमेंट नूं भी विच कंट्रीब्यूट करना चाहिए गुरप्रीत लो जी तुसीं रिएक्ट क्यों नहीं करदे पे इस इमरान खान दे इनिशिएटिव ते नहीं इहदे च जे उहने कोई चंगी गल कीती है तां मेरे हिसाब नाल उहदा स्वागत ही करना बणदा इहदे च रिएक्ट करना मैं नहीं समझदा कि ऐसी कोई गलबात है जे इमरान खान नूं इह लग्गिया कि चलो भावें क्योंकि असीं तां तुहानूं याद होना पहलां वी इत्थे डिबेट कर रहे सी उदां इहो गल होई सी कि जिहड़ी $20 जिहड़ी फीस लाई है इह ना लगे फीस ते मैं बाद च आ जाऊंगा फीस ते बाद गुरप्रीत ढिल्लो मेरा सवाल बड़ा साधारण हुंदा सवाल नूं समझा करो जरूर ढिल्लो साहब सवाल यह है कि जे पासपोर्ट वाला इनिशिएटिव इमरान खान होरां ने लिता है ना उधरों कोई डाकूमेंट तुहाडे कोल आया तुसीं इह दावा कर रहे हो ते ना इधरों तुसीं उहदा कोई रिस्पोंड कर रहे हो इहदा मतलब है की समझिए असीं सिर्फ ट्विटर वारी है मेरे हिसाब दे नाल ते हाले इस चीज़ की वेट करनी चाहिए है जदों कोई लिखित डाकूमेंट जो कोई लिखित विच जिहड़ा हैगा वो आएगा तो उस तों बाद ही आपां इत्थे रिएक्ट कर सकते हैं ठीक है ट्विटर वार दे ते आपां बहस किवें कर लईए इमरान खान ट्वीट करके पासपोर्ट वाली शर्त मुका रहे है कि उहदा सुनेहा यह जा रहा है कि जदों इह समझौता होया सीगा उदों पासपोर्ट वाली शर्त तुसीं रखी सी नहीं इमरान खान जे जे दो दिन वास्ते जिहड़ा लांघे दी गल होई है वी उत्थे पासपोर्ट दी जगह दो दिन नहीं आई कार्ड दी गल उन्होंने पासपोर्ट दी शर्त टोटली जिहड़ी खत्म कीती हैगी टोटल दो दिन लई नहीं जदों कुछ लिखित दे विच आएगा उस तों बाद ही रिएक्ट कर सकदे आ मेरे हिसाब नाल पहलां तां एवें बोलना बेबुनियाद जिहा होएगा उहदे ते जदों कोई लिखती रूप च आना चाहीदा इमरान खान ने जिहड़ी पासपोर्ट वाली शर्त दी गल कीती है कि उहदा सुनेहा जा रहा है कि शर्त पासपोर्ट वाली शर्त है भारत सरकार ने रखी सी ਤੁਸੀਂ ਵੀ ਇਹੀ ਸਮਝਦੇ ਹੋ ਹਾਂ ਫਿਰ ਪਾਸਪੋਰਟ ਦੀ ਸ਼ਰਤ ਦੋਨੋਂ ਕੰਟਰੀਜ਼ ਨੇ ਮਿਊਚੁਅਲੀ ਐਗਰੀ ਕੀਤਾ ਸੀਗਾ ਔਰ ਇਹ ਪਹਿਲੀ ਮੀਟਿੰਗ ਜਿਹੜੀ ਐਟ ਦ ਲੈਵਲ ਆਫ ਜੁਆਇੰਟ ਸੈਕਟਰੀਜ਼ ਹੋਈ ਸੀ ਇਨ ਅੰਮ੍ਰਿਤਸਰ ਆਈ ਥਿੰਕ ਵਾਹਗਾ ਤੇ ਉਹਦੇ ਵਿੱਚ ਬੋਥ ਕੰਟਰੀਜ਼ ਹੈਡ ਐਗਰੀ ਟੂ ਇਟ ਔਰ ਇਹ ਵੀ ਪਰਸੈਪਸ਼ਨ ਚੱਲ ਰਹੀ ਹੈ ਕਿ ਸਿਰਫ ਇੰਡੀਆ ਦੇ ਸਾਈਡ ਤੋਂ ਪਾਸਪੋਰਟ ਦੇ ਸੀ ਦਿਸ ਇਜ਼ ਅ ਰੋਂਗ ਪਰਸੈਪਸ਼ਨ ਵਾਈ ਪਾਕਿਸਤਾਨ ਨੇ ਥਰੂ ਆਊਟ ਦੀ ਕੋਰਸ ਆਫ ਨੈਗੋਸੀਏਸ਼ਨਸ ਇੱਕ ਵਾਰੀ ਵੀ ਨਹੀਂ ਓਬਜੈਕਸ਼ਨ ਪਾਇਆ ਕਿ ਵੀ ਆਰ ਨੋਟ अग्रीएबल टू द पासपोर्ट कंडीशन एक वारी भी नहीं पाकिस्तान ने अपनी जड़ियाँ स्टिकिंग पॉइंट सी वो बार बार रेटरेट किए ने लाइक वी आर गोइंग टू चार्ज $20 फी वी विल रिजर्व द राइट टू बिल्ड द ब्रिज एट अ लेटर स्टेज जरा इंपॉर्टेंट ब्रिज है ओवर द राबी वी रिजर्व द राइट टू यू नो कंट्रोल नंबर ऑफ पिलग्रिम्स इन्होंने अपनी सारी स्टिकिंग पॉइंट्स वोकली एक्सप्रेस किए ने पर पासपोर्ट तो पाकिस्तान ने कभी नहीं ऑब्जेक्शन पाया ये रिकॉर्ड शो करता सो फर्स्टली इट वॉज अ म्यूचुअली अग्रीड कंडीशन और यह पहली मीटिंग तो डिसाइड हो गया सी वाघा विच एट द लेवल ऑफ जॉइंट सैक्रटरीज नाउ द सैकेंड क्वेश्चन इशू अराइज इज के पासपोर्ट का जोड़ा वेवर इमरान ने किया ऑन हिज ओन इज इन मैनी वेज अ यूनिलैटरल डिसीजन बिकॉज पासपोर्ट वॉज अग्रीड अपॉन इन द अग्रीमेंट साइंड बाय बोथ द नेशनस उस अग्रीमेंट विच आ भी लिखा है कि अगर इनू अमेंड करना है किसी कंडीशन इट हैव टू बी विद नो विद अमेंड भी कर सकते हैं लेकिन रिमूव द पासपोर्ट कंडीशन बट बोथ नेशंस दी कंसेंट चाहिए है सो रीनेगोशिएट करना पाएगा और जो इंडिया कंसेंट दे लिए तैयार हो जाएगा नाउ आई थिंक द प्रॉब्लम लाइज क्योंकि ये वैसे साढ़े पिलग्रिम्स लिए एक बहुत ही वधिया मूव है बाय इमरान खान बिकॉज इट एक्चुअली
अलाउ जिहड़े साडे बुढ़े लोग ने जिहड़े बच्चे ने छोटे वो जा सकते हैं आराम हूँ। के पी जी तुसी इमेजिन करो सत परिवार की फैमिली है मैंबर की फैमिली है वो पहला जाके पासपोर्ट बना आर पी ओ अमृतसर जाएंगे उत्थे इन्हां दे खर्चे किन्ने ने हैसलमेंट किन्नी है वो करेंगे दैट पासपोर्ट बनेगा। सो इमरान ने कहा तुसी विदाउट एक आई डी कार्ड अपना दिखाओ और आ जाओ। बट जो मेरा अप्रीसीएशन ऑफ द सिचुएशन ये हैगी है कि गवर्नमेंट ऑफ इंडिया में बड़िया स्ट्रोंग फोर्सेस बैठिया ने जो पासपोर्ट ते इंसिस्ट करनगियां एंड दे मे हाँ एंड दे मे यूज दिस इमरान्स यूनिलैटरल वेवर ऑफ द पासपोर्ट टू क्रिएट प्रॉब्लम्स फॉर दिस करतारपुर कोरीडोर क्योंकि बड़े शातिर लोग बैठे ने इन्हां दे दिल विच करतारपुर कोरीडोर नहीं है ये तो पाकिस्तान का इनिशिएटिव आया है हिस्टोरिकल फोर्सेस इनियां पॉजिटिवली मूव कीतियां कि इन्हां कोल कोई चॉइस नहीं सीगा ठीक है सो दे मूव्ड हेड फॉर करतारपुर। मैं एक ब्रेक ले ला या हाँ एक छोटा ब्रेक लाने ब्रेक तो वापस आवेंगे। बाबे नाना के लंघ सियासी फाटक क्यों सवाल क्यों पूछ रहे हैं पर इस सवाल के नाल पूछना लाजमी हैगा कि रजिस्ट्रेशन तो पासपोर्ट तक किहड़ा समझौता चलेगा। ब्रेक तो वापस आके पूछूंगा जरूर सवाल असं पूछ रहे हैं करतारपुर लंघे तो सांझी वालता इतना शर्तां भारू क्यों। डॉक्टर दर्शन सिंह ढिल्लों हाँ जी मैं सवाल ये थोड़े करके रखा हुआ तुम हमेशा गल कहते हो कि सांझी वालता की गल होनी चाहिए पर इतने शर्तों की गल वार बार हो रही है। मैं बहुत वाटी भी डिबेट कर चुके हैं एक डिबेट में तो मैं थोड़े तो सवाल भी किया मैं कि डिबेट करनी पेगी मैं लगता तुम होर भी लांघा खुलने तो पहले होर डिबेट में भी शामिल होंगे शर्त भारू क्यों हो रही। देखो मैं लगता ट्रस्ट डेफिशिट है दोनों पास इंडिया ट्रस्ट नहीं कर रहा पाकिस्तान ओके और इमरान खान स्टेट्समैनशिप शो कर रहा और वो गुडविल जस्चर क्रिएट कर रहा विद द सिख कम्यूनिटी ऑल ओवर द वर्ल्ड। मैं समझता उसकी रिस्पोंस प्रॉपरली होनी चाहिए जी इंडिया तो नहीं हो रही जिस तरह बिक्रम जी ने दसया है तो इंडिया नो भी विद ओपन हार्ट इन द गुडविल मतलब ज जिस किस्म की गुरु नानक का मैसेज है यूनिवर्सल मैसेज सरबत के भले की गल है उस इंडिया दिखा चाहिए जिहड़ा मतलब इंप्रैशन बाहर नहीं जा रहा खास तौर के उत्ते सिख कम्यूनिटी के इंप्रैशन नहीं जा रहा कि इंडिया इस किस्म का जस्चर दिखा रहा या उसकी इंटेंशन इस किस्म की है लेकिन इमरान खान का जो इंप्रैशन है वट एवर वे मतलब वो अच्छा इंप्रैशन जा रहा टू द इंटायर सिख कम्यूनिटी ऑल ओवर द वर्ल्ड। इस वेले सिख कम्यूनिटी वर्ल्ड कम्यूनिटी बन चुकी है और उन्होंने बाहरले मुल्कों के वैसटन वर्ल्ड के थोड़ा बहुत पोलीटिकल वेटेज है सो उस पोलीटिकल वेटेज का भी एक इंपॉर्टेंट फैक्टर है जो इंडिया दे ते पाकिस्तान दे जिहड़े जिन्ने भी लीडर है उन्होंने अपनी कॉन्सनट्रेशन च रखना चाहिए। ठीक है बड़ा इंपोर्टेंट पॉइंट थोड़ा गुरमनीत मांगड़ मैं फिर थोड़े तो सवाल उही लैके आ रहा तुसी इमरान खान का स्वागत कर रहे हो स्वागत करना बनता है का, पर तुसी मोदी साहब नू कुछ नहीं कह रहे कि मोदी साहब पासपोर्ट की शर्त रखी जाए कि ना रखी जाए तुसी उस तो बाद ही नाल दी नाल ट्विस्ट कर दे हो $20 सर्विस फीस ते आ दे इत्थे नहीं मैं आन दूंगा इत्थे मैं सवाल यही पूछना है पासपोर्ट लई मोदी साहब नू क्यों नहीं कह रहे। देखो के पी जी पहली गल तो जिदा बिक्रम जी ने दसिया कि गवर्नमेंट ऑफ इंडिया तो गवर्नमेंट ऑफ पाकिस्तान की कॉल हैगी है जी उन्होंने अपना दे हैव टेकन अ स्टैप अहैड उन्होंने एक प्रपोजल दिता है तो मेरे ख्याल नाल सवेरे अज सवेरे अर्ली मॉर्निंग दे विच उन्होंने एक गल कही है। हुण बाय डिफॉल्ट उम्मीद करते हैं कि गवर्नमेंट ऑफ इंडिया भी कुछ यहोजा इनिशिएटिव लेंदी है तो जे नहीं लो तुसी डिमांड क्यों नहीं रख रहे की चक्कर की है। मेरा सवाल बड़ा साधारण है तुसी साधारण सवाल नू बड़ा ट्विस्ट करते पे हो तुसी डिमांड क्यों नहीं रख पा रहे मोदी साहब को वजह की है तुसी जे गवर्नमेंट गवर्नमेंट टू गवर्नमेंट कॉन्टैक्ट हो रहा ना सारा यही हो रहा ना तुसी गवर्नमेंट ऑफ पाकिस्तान सब कुछ कह दें तो इतने गवर्नमेंट ऑफ इंडिया क्यों नहीं कह रहे। देखो ये की हैगा कि जी मिनिस्ट्री ऑफ एक्सटरनल अफेयरस है जोड़ा भी उन्होंने एग्रीमेंट होया है इनू लैके तो पहली गल तो जी गवर्नमेंट ऑफ पंजाब या गवर्नमेंट कोई भी स्टेट गवर्नमेंट हैगी है इट हैज़ टू अबाइड बाय व्हाट द इनिशियल टर्म्स आर जे इनिशियल टर्म्स हैगी है पंजाब गवर्नमेंट हैड एग्रीड कि जिदा कि दसया गया है कि यह डॉक्यूमेंटेड है कि पासपोर्ट चाहिए हो ये भी गल जिक्र होया कि पाकिस्तान ने एक स्टैप अगे लिया है क्योंकि सिक्स जड़े एक ग्लोबल कम्यूनिटी हो गई है तो इन्ह उन्होंने गुड जेस्चर के तौर पर उन्होंने ये स्टैप लिया है। ठीक है हुण चक्कर यह है भी उन्होंने ले लिया है हुण लैट्स हुण असी अपनी गवर्नमेंट नूं कुछ टाइम तो देवांगे जवाब है नहीं का मेरे सवाल नहीं असी गवर्नमेंट नहीं नहीं है नहीं जी जी नहीं है सानू एडमिट कर लेना चाहिए तेरे को स्पष्ट जवाब नहीं है इधर से साडा इधर से गवर्नमेंट ऑफ इंडिया हैज टू टेक द कॉल नहीं नहीं फिर तुसी $20 दी सर्विस फीस वास्ते पाकिस्तान नूं क्यों कह रहे हो वो भी गवर्नमेंट टू गवर्नमेंट आपे गल करनगे तुसी उंदे वास्ते तो कह रहे हो
ਇੱਥੇ ਨਹੀਂ ਤੁਸੀਂ ਕੁਛ ਕਹਿ ਰਹੇ? ਦੇਖੋ ਜੀ, ਇਹਦੇ 'ਚ ਆਪਾਂ ਤਾਂ ਟੈਕਸ ਨਹੀਂ ਲੈ ਰਹੇ ਨਾ ਜੀ, ਟੈਕਸ ਪਾਕਿਸਤਾਨ ਲੈ ਰਿਹਾ ਹੈਗਾ। ਅਤੇ ਦੂਜੀ ਗੱਲ, ਅਸੀਂ ਨੋਟ ਓਨਲੀ ਦਿਸ, ਅਸੀਂ ਤਾਂ ਇਹ ਵੀ ਕਹਿ ਰਹੇ ਹਾਂ ਕਿ ਸਿਰਫ ਸਿੱਖ ਪਿਲਗ੍ਰਮੇਜ ਨੂੰ ਛੱਡ ਕੇ ਐਨੀ ਬੜੀ ਹੂ ਬਿਲੀਵਸ ਇਨ ਗੁਰੂ ਨਾਨਕ, ਉਹਨੂੰ ਸਾਰਿਆਂ ਨੂੰ ਇਸ ਚੀਜ਼ ਦਾ ਉਹ ਮਿਲਣਾ ਚਾਹੀਦਾ ਲਾਭ, ਨੋਟ ਓਨਲੀ ਸਿੱਖਸ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਇਕੱਲੀ ਇੱਕ ਸਿੱਖੀ ਲਈ ਨਹੀਂ, ਉਹਨਾਂ ਨੇ ਹਿਊਮੈਨਿਟੀ ਲਈ, ਠੀਕ ਹੈ, ਇੰਟਰਨੈਸ਼ਨਲ ਭਾਈਚਾਰੇ ਲਈ, ਨਾਨਕ ਨਾਮ ਲੈਵਾ ਸੰਗਤ, ਹਾਂਜੀ ਐਗਜੈਕਟਲੀ, ਸਿੱਖ ਸਿੱਖ ਪੁਆਇੰਟ ਆ ਉਹ ਫੜਿਆ ਜ਼ਰੂਰ ਹੈਗਾ। ਗੁਰਪ੍ਰੀਤ ਢਿੱਲੋਂ ਜੀ, ਪੋਰਟਲ ਦੇ ਉੱਤੇ ਔਨਲਾਈਨ ਜਿਹੜੀ ਜਿਸ ਨੇ ਰਜਿਸਟ੍ਰੇਸ਼ਨ ਕਰਾਉਣੀ ਹੈਗੀ ਹੈ, ਉੱਥੇ 9 ਤੋਂ 12 ਤੱਕ ਦੀ ਕੋਈ ਤਰੀਕ ਹੈ ਜਿਹੜੀ ਉਹ ਅਸੀਂ ਐਕਸੈਸ ਨਹੀਂ ਕਰ ਸਕਦੇ ਗੇ, ਸਿੱਧਾ 13 'ਤੇ ਜਾਣਾ ਪੈ ਰਿਹਾ ਹੈਗਾ। ਇਹਦਾ ਮਤਲਬ 9 ਅਤੇ 12 ਤਰੀਕ ਤੱਕ ਜੇ ਉੱਥੇ ਨਹੀਂ ਸ਼ੋਅ ਕਰ ਰਿਹਾ, ਇਹਦਾ ਮਤਲਬ ਹੈ ਕਿ 9 ਤਰੀਕ ਨੂੰ ਅਤੇ 12 ਤਰੀਕ ਨੂੰ ਜਿਹੜੀ ਫੀਸ ਮਾਫ਼ ਕੀਤੀ ਗਈ ਹੈਗੀ ਹੈ ਇਮਰਾਨ ਖਾਨ ਵੱਲੋਂ, ਉਹ VIPs ਲਈ ਕੀਤੀ ਗਈ ਹੈ। ਇਹ VIPs ਨੂੰ ਲਾਹਾ ਮਿਲੂਗਾ, ਸੰਗਤ ਨੂੰ ਕੋਈ ਲਾਹਾ ਨਹੀਂ ਮਿਲੂਗਾ। ਔਨਲਾਈਨ ਪੋਰਟਲ ਖੋਲ੍ਹ ਕੇ ਦੇਖ ਲਿਓ, ਹੁਣ ਤੱਕ ਦੀ ਅਪਡੇਟ ਦੱਸ ਰਿਹਾ ਮੈਂ ਤੁਹਾਨੂੰ। ਚਲੋ ਸਰ, ਚਲੋ ਇਹ ਤੁਸੀਂ ਮੈਨੂੰ ਦੱਸਿਆ ਅਤੇ ਤੁਹਾਡੀ ਦੱਸੀ ਹੋਈ ਜਾਣਕਾਰੀ ਮੇਰੇ ਕੋਲ ਆਈ ਹੈ, ਅਦਰਵਾਈਜ਼ ਮੈਨੂੰ ਇਸ ਬਾਰੇ ਮੈਂ ਕਹਾਂਗਾ ਕਿ ਨਹੀਂ ਮੈਨੂੰ ਪਤਾ। ਅਤੇ ਜਿਹੜੀ ਤਾਂ ਗੱਲ ਤੁਸੀਂ ਹੁਣ ਵਾਰ ਵਾਰ ਪਾਸਪੋਰਟ ਦੀ ਆਪਾਂ ਕਰਦੇ ਪਏ ਹਾਂ, ਬਿਲਕੁਲ ਠੀਕ ਕਹਿ ਰਹੇ ਨੇ ਸਾਡੇ ਕਾਂਗਰਸ ਦੇ ਬੁਲਾਰੇ ਕਿ ਜਦੋਂ ਆਪਾਂ ਇਹਨੂੰ ਇਮੋਸ਼ਨਲੀ ਵੇਖਦੇ ਰਹਿੰਦੇ ਹਰ ਚੀਜ਼ ਨੂੰ, ਇਹ ਕਿਉਂ ਸੋਚਣਾ ਆਪਾਂ ਭੁੱਲ ਜਾਂਦੇ ਹਾਂ ਕਿ ਇੰਡੀਆ ਅਤੇ ਪਾਕਿਸਤਾਨ ਦੋ ਅੱਡ ਅੱਡ ਕੰਟਰੀਜ਼ ਦਾ ਇਹ ਆਵਾਜਾਈ ਹੋਣੀ ਹੈ, ਅਤੇ ਇਸ ਲਈ ਸਾਰੇ ਜੋ ਉਹਦੇ ਪੈਰਾਮੀਟਰਸ ਨੇ ਕੰਟਰੀ ਟੂ ਕੰਟਰੀ ਦੇ, ਉਹ ਸਾਰਾ ਦੇਖਦੇ ਹੋਏ ਹੀ ਹੋਣਾ ਹੁੰਦਾ। ਆਪਾਂ ਕਈ ਵਾਰੀ ਇਮੋਸ਼ਨਲ ਹੋ ਕੇ ਬਹਿਸ ਨੂੰ ਹੋਰ ਪਾਸੇ ਨੂੰ ਜਾਣ ਦੀ ਬਜਾਏ, ਤੁਸੀਂ ਨਹੀਂ ਪੁੱਛ ਰਹੇ, ਮੈਂ ਤੁਹਾਨੂੰ ਗੱਲ ਦੱਸਦਾ ਵੀ ਇਮੋਸ਼ਨਲ ਸੰਗਤ ਹੈਗੀ ਹੈ ਤੇ ਪਹਿਲੀ ਗੱਲ ਦੇ ਇਮੋਸ਼ਨਸ ਦੇ ਨਾਲ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਖੇਡਦੀਆਂ ਪਈਆਂ। ਨਹੀਂ, ਕੋਈ ਪੋਲੀਟੀਕਲ ਪਾਰਟੀ ਨਹੀਂ, ਦੇਸ਼ ਦੇ ਕਾਨੂੰਨ ਨੇ ਆਪਣੇ, ਉਹਨਾਂ ਦੇ ਨੇ, ਸਾਡੇ ਵੀ ਨੇ। ਔਰ ਇੱਕ ਪਾਸਪੋਰਟ ਜਿਹੜੀ ਹੈਗੀ ਆ ਉਹ ਇੱਕ ਅਥੈਂਟਿਕ ਡਾਕੂਮੈਂਟ ਹੁੰਦਾ, ਜਿਹੜਾ ਨੈਸ਼ਨਲ ਇੱਕ ਨੇਸ਼ਨ ਤੋਂ ਦੂਜੇ ਨੇਸ਼ਨ ਜਾਣਾ। ਅਥੈਂਟਿਕ ਹੈ ਜਾਂ ਨਹੀਂ ਮੇਰੀ ਗੱਲ, ਤੁਸੀਂ ਅੱਜ ਚਲੋ, ਅੱਛਾ ਚਲੋ ਮੈਂ ਛੱਡ ਦਿੰਦਾ ਇਸ ਗੱਲ ਨੂੰ, ਤੁਸੀਂ ਕੀ ਕੈਨੇਡਾ ਵਾਲੇ ਬਿਨਾਂ ਪਾਸਪੋਰਟ ਤੋਂ ਆ ਸਕਦੇ ਨੇ ਉੱਥੇ ਪਾਕਿਸਤਾਨ ਦੇ ਵਿੱਚ, ਜਾਂ UK ਵਾਲੇ ਆ ਸਕਦੇ ਨੇ ਬਿਨਾਂ ਪਾਸਪੋਰਟ ਤੋਂ? ਉਹ ਕੈਨੇਡਾ ਪਾਕਿਸਤਾਨ ਦਾ ਮੁੱਦਾ ਨਹੀਂ ਹੈ, ਇਹ ਲਾਂਘੇ ਦਾ ਮੁੱਦਾ ਹੈ। ਦਿਸ ਇਜ਼ ਕੰਟਰੀ ਡਿਬੇਟ ਨੂੰ ਡਾਈਵਰਟ ਕਿਉਂ ਕਰਦੇ ਪਏ ਹੋ? ਨਹੀਂ, ਡਿਬੇਟ ਨੂੰ ਮੈਂ ਡਾਈਵਰਟ ਨਹੀਂ ਕਰ ਰਿਹਾ, ਮੈਂ ਗੱਲ ਇਹ ਕਰ ਰਿਹਾ ਵੀ ਜਦੋਂ ਇੱਕ ਕੰਟਰੀ ਤੋਂ ਦੂਜੀ ਕੰਟਰੀ ਜਾਣਾ, ਕੰਟਰੀ ਨੇਪਾਲ, ਤੁਸੀਂ ਵੀਜ਼ਾ ਲੈ ਕੇ ਜਾ ਰਹੇ ਹੋ? ਕਹਾਣੀ ਨੇਪਾਲ ਦੀ ਨਹੀਂ, ਸ਼੍ਰੀਮਾਨ ਜੀ ਬਿਨਾਂ ਪਾਸਪੋਰਟ ਤੋਂ ਮਾਰ ਕਰਦੇ ਹੋ? ਨਹੀਂ ਨਹੀਂ, ਕੀ ਐਵੇਂ ਕੀ ਗੱਲ ਹੋਊਗੀ? ਕਿਉਂ ਨਹੀਂ ਬਿਨਾਂ ਪਾਸਪੋਰਟ ਤੋਂ? ਨੇਬਰ ਕੰਟਰੀ ਨਾ ਜੀ, ਅੱਗੇ ਤੋਂ ਅਸੀਂ ਇਹ ਉਹਨਾਂ ਨੇ, ਇੱਕ ਮਿੰਟ KP ਜੀ, ਅੱਜ ਜੇ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਅਸੀਂ ਪਾਸਪੋਰਟ ਦੀ ਸ਼ਰਤ ਜਿਹੜੀ ਉਹ ਹਟਾਉਣ ਨੂੰ ਸੋਚ ਸਕਦੇ ਆ, ਤੇ ਉਹਨਾਂ ਵੱਲੋਂ ਇੱਕ ਜੇ ਕੋਈ ਆਇਆ, ਪਰ ਉਸ ਤੋਂ ਬਾਅਦ ਇੰਡੀਅਨ ਗਵਰਨਮੈਂਟ ਵੀ ਬੈਠ ਕੇ ਸੋਚੇਗੀ ਤੇ ਕੀ ਕਰ ਸਕਦੀ। ਅੱਜ ਆਪਾਂ ਅਜੇ ਇੱਕ ਟਵੀਟ ਦੇ ਉੱਪਰ ਆਪਾਂ ਬਹਿਸ ਕਰ ਲਈਏ ਕਿ ਇੰਡੀਆ ਵਾਲੇ ਤੇ ਜੀ ਬਹੁਤ ਮਾੜਾ ਕਰ ਰਹੇ ਨੇ, ਪਾਕਿਸਤਾਨ ਹੀ ਕਰ ਰਿਹਾ ਸਾਰਾ ਕੁਝ ਚੰਗਾ। ਕੁਝ ਸੋ ਕਾਲਡ ਇਹੋ ਜਿਹੇ ਬੰਦੇ ਬੈਠੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਦੱਸਣਾ ਹੁੰਦਾ ਲੋਕਾਂ ਤੱਕ ਇਹ ਗੱਲ ਪਹੁੰਚਾਉਣੀ ਹੁੰਦੀ ਵੀ ਇੰਡੀਅਨ ਜਿਹੜੇ ਨੇ, ਇੰਡੀਆ ਜਿਹੜਾ ਇਹ ਸਿੱਖ ਕਮਿਊਨਿਟੀ ਵਾਸਤੇ ਮਾੜਾ, ਇਹ ਸਿਰਫ ਇਹ ਮੈਸੇਜ ਦੇਣ ਵਾਸਤੇ ਤੁਸੀਂ ਇਮਰਾਨ ਖਾਨ ਦਾ ਜਿਹੜਾ ਕਰਨ ਵਾਸਤੇ ਹੈਗਾ, ਇਮਰਾਨ ਖਾਨ ਦਾ ਜਿਹੜਾ ਮੂਵ ਹੈਗਾ, ਤੁਹਾਨੂੰ ਇਹ ਲੱਗਦਾ ਪਿਆ ਕਿ ਸਿੱਖ ਕਮਿਊਨਿਟੀ ਦੇ ਨਾਲ ਉਹ ਚੰਗੇ ਬਣਨ ਦੀ ਕੋਸ਼ਿਸ਼ ਵਿੱਚ? ਪੋਲਿਟਿਕਸ ਬਹੁਤ ਤਕੜੀ ਚੱਲਦੀ ਪਈ ਹੈ ਇਸ ਵਕਤ ਦੋਵਾਂ ਦੇਸ਼ਾਂ ਦੇ ਵਿੱਚ, ਬਹੁਤ ਤਕੜੀ ਰਾਜਨੀਤੀ। ਉਧਰ ਇਮਰਾਨ ਖਾਨ ਨੂੰ ਵੀ ਕਈ ਕੁਝ ਦਿਸਦਾ ਪਿਆ, ਉਹਦੀ ਵੀ ਕੁਰਸੀ ਹਿੱਲਦੀ ਪਈ ਹੈ, ਕਈ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾਣੀਆਂ ਨੇ, ਕਈ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ, ਔਰ ਬੜਾ ਕੁਝ ਰਿਓੜੀਆਂ ਸੁੱਟੀਆਂ ਜਾਂਦੀਆਂ ਵੀ ਵੇਖਾ ਕਿਹੜੀ ਚੁੱਕਦਾ ਕਿ ਨਹੀਂ ਚੁੱਕਦਾ ਅਗਲਾ। ਇਹ ਜਿਹੜੇ ਰਿਓੜੀਆਂ ਦੀ ਗੱਲ ਕਰਦੇ ਪਏ, ਇਤਫਾਕ ਰੱਖਦੇ ਉਹਦੇ ਨਾਲ ਵੀ ਇਮਰਾਨ ਖਾਨ ਨੇ ਜਿਹੜਾ ਇਹ ਮੂਵ ਕੀਤਾ ਹੈਗਾ ਉਹ ਸਿੱਖਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੈ ਤੇ ਕੇਂਦਰ ਸਰਕਾਰ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਹੈ ਇੰਡੀਅਨ ਗਵਰਨਮੈਂਟ? ਨੋ, ਆਈ ਥਿੰਕ ਹੀ ਇਜ਼ ਪਾਰਸ਼ਲੀ ਰਾਈਟ, ਬਿਕੋਜ਼ ਤੁਸੀਂ ਇਮਰਾਨ ਦੇ ਟਵੀਟ ਵੀ ਦੇਖੋ, ਹੀ ਸਟਾਰਟ ਵਿਦ ਦ ਵਰਡ ਸਿੱਖ ਪਿਲਗ੍ਰਮਸ ਕਮਿੰਗ ਟੂ ਕਰਤਾਰਪੁਰ। ਇਟ ਸ਼ੁੱਡ ਨਾਟ ਬੀ ਸਿੱਖ ਪਿਲਗ੍ਰਮ, ਵੈਨ ਦੀ ਅਗਰੀਮੈਂਟ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਵਿੱਚ ਇਹ ਸਾਫ਼ ਲਿਖਿਆ ਹੈ ਕਿ ਕੋਈ ਵੀ ਨਾਨਕ ਨਾਮ ਲੇਵਾ ਭਾਰਤ ਦਾ ਕੋਈ ਵੀ ਸਿਟੀਜ਼ਨ ਜਾ ਸਕਦਾ ਹੈ, ਵਾਈ ਸਿੱਖ ਪਿਲਗ੍ਰਮਸ ਓਨਲੀ ਪਾਸਪੋਰਟ ਵੇਵਰ ਔਰ ਔਨਲਾਈਨ ਰਜਿਸਟ੍ਰੇਸ਼ਨ? ਦੈਟ ਮੀਨਸ ਜਿਹੜੇ ਸਾਡੇ ਹਿੰਦੂ ਭਰਾ ਨੇ, ਮੁਸਲਮਾਨ ਭਰਾ ਨੇ, ਕ੍ਰਿਸ਼ਨ ਭਰਾ ਨੇ, ਅਗਰ ਉਹ ਜਾਣਾ ਚਾਹੁੰਦੇ ਨੇ ਤਾਂ ਉਹ ਉਹਨਾਂ ਨੂੰ ਵੇਵਰ ਨਹੀਂ ਹੋਏਗਾ। ਦੈਟ ਅਗੇਨ ਸ਼ੋਜ਼ ਦੈਟ ਅੰਡਰ ਦਿਸ ਫਰੇਮਵਰਕ ਆਫ ਕਰਤਾਰਪੁਰ ਕੋਰੀਡੋਰ, ਪਾਕਿਸਤਾਨ ਫਰੋਮ ਡੇ ਵਨ ਦੀ ਇੱਕ ਲਾਰਜਰ ਜੀਓ ਪੋਲੀਟੀਕਲ ਪਲਾਨ ਵੀ ਹੈਗਾ। ਔਰ ਉਹ ਜੋ ਤੁਸੀਂ ਇਮਰਾਨ ਖਾਨ ਗੇਮ ਵੀ ਖੇਡਦੇ ਪਏ, ਬਿਲਕੁਲ ਖੇਡਦੇ, ਐਂਡ ਇਟਸ ਨੋਟ ਜਸਟ ਇਮਰਾਨ, ਯੂ ਸੀ ਇਮਰਾਨ ਇਜ਼ ਨੋਟ ਅਲੋਨ, ਇਮਰਾਨ ਇਜ਼ ਫੰਕਸ਼ਨਿੰਗ ਐਜ਼ ਪਾਰਟ ਆਫ ਅ ਗਵਰਨਮੈਂਟ, ਐਜ਼ ਪਾਰਟ ਆਫ ਅ ਡੀਪ ਸਟੇਟ, ਐਜ਼ ਪਾਰਟ ਆਫ ਐਨ ਇਸਟੈਬਲਿਸ਼ਮੈਂਟ ਵਿਚ ਹੈਜ਼ ਇਟਸ ਓਨ ਸਟ੍ਰੈਟਜਿਕ ਏਮਸ। ਤੁਸੀਂ ਸ਼ੁਰੂ ਵਿੱਚ ਦੇਖਿਆ ਸੀ ਕਰਤਾਰਪੁਰ ਵਿੱਚ ਕਿ ਪਾਕਿਸਤਾਨ ਫੋਰਨ ਅਫੇਅਰਸ ਮਿਨਿਸਟਰੀ ਦੇ ਸਪੋਕਸਪਰਸਨ ਨੇ ਮੁਹੰਮਦ ਫੈਸਲ ਹੋਣਾ, ਉਹ ਬਾਰ ਬਾਰ ਕਹਿ ਰਿਹਾ ਸੀ ਕਿ ਕਰਤਾਰਪੁਰ ਕੈਨੋਟ ਬੀ ਸੀਨ ਇਨ ਆਈਸੋਲੇਸ਼ਨ, ਅਗਰ ਤੁਸੀਂ ਕਰਤਾਰਪੁਰ ਤੇ ਅੱਗੇ ਲਿਜਾਣਾ ਚਾਹੁੰਦੇ ਹੋ ਤਾਂ ਵੀ ਵਾਂਟ ਟਾਕਸ ਟੂ ਰਿਜ਼ਿਊਮ ਬਿਟਵੀਨ, ਗੂਗਲੀ ਕਿਹਾ ਸੀਗਾ, ਹਾਂ ਗੂਗਲੀ ਵੀ ਕਿਹਾ ਸੀਗਾ। ਸੋ ਇਹ ਹਿੰਦੂ
अगेन दिस प्रॉब्लम कम्स के जिहड़ियां हिंदुत्व फोर्सेस ने इन इंडिया, इन्होंने पूरे इंडिया की प्रॉब्लम इनक्रीज़ करता है, क्योंकि इन्ने कम्यूनल इन्हों की पॉलिटिक्स हैगी है कि अज कोई भी कहता है कि देखो जी इन्होंने तो मुसलमानों पहला टारगेट किया है, वो बाद सिख्स और दलित्स का नंबर आएगा। सो इमरान एंड ऑल दीज कम्यूनल फोर्सिज जिहड़ियां होर हैगियां ये एक्सप्लॉइट कर रही ने, वो कहते हैं हिंदुत्व वाले तो बहुत तंग करेंगे, तुसी साडे नाल मिलो। सो नाउ इट इज मुस्लिम डिवाइड किया जा रहा है, हाँ मुस्लिम सिख, ठीक ठीक, मुस्लिम सिख ब्रदरहुड। सो व्हाई इट इज हैपनिंग, बिकॉज ऑफ द राइज ऑफ हिंदुत्व फोर्सेस एंड देयर कम्युनल पॉलिटिक्स। ठीक है, एक छोटा ब्रेक लवेंगे, ब्रेक तो वापस आवेंगे कि सरहद पार ते सरहद दे इधर दोनों पासे की सांझीवालता का फलसफा समझ नहीं आ रहा, जा जान बुझ के उस ते सियासत की जा रही है। ब्रेक तो वापस आके ये सवाल डॉक्टर ढिल्लों है, सवाल क्यों पूछ रहे, सवाल असं पूछ रहे करतारपुर लांघे तो सांझीवालता थान शर्तां पारू क्यों है क्यों? डॉक्टर ढिल्लों मैं सवाल तुहाडे लई छड्ड के गया कि सांझीवालता का फलसफा जिहड़ियां पोलिटिकल फोर्सेस हैगियां इधर तो उधर दोनों पासे की उन्हां नूं समझ नहीं आ रहा कि जान बुझ के इदां कर रहे हैं? नहीं, समझ तो आ रहा, समझने वाली एड्डी कोई औखी गल नहीं, कोई न्यूक्लियर साइंस नहीं जिहड़ी समझ नहीं आउंदी, पर वो जान बुझ के अपने अपने स्वार्थों के पॉइंट ऑफ व्यू तो गल कर रहे, इंडिया वाले अपनी पॉलिटिक्स खेल रहे, वो अपनी किस्म की पॉलिटिक्स खेल रहे। मैं एक गल कहनी चाहुंदा इस कॉन्टेक्स्ट दे विच, हज दे विच मुस्लिम पिलग्रिम जांदे आ, मान सरोवर ते हिंदू पिलग्रिम जांदे आ, और किन्ना खर्चा हुंदा, मतलब ह्यूज ह्यूज अमाउंट, मान सरोवर ते जाना कोई सौखा नहीं, मेरे कई वाकफकार उत्थे गए आ, तो वह सारा खर्चा सारा जो कुछ उन्हों का पैराफरनेलिया जो उन्हों की लॉजिस्टिक्स है सारी चीज़ वो इंडियन स्टेट बेयर करती है जिहड़ी करोड़ों दे विच, लखां दे विच नहीं करोड़ों दे विच। Why not this $20 is nothing? It's not a peanut. ये तो ये गलत बयान किया है। नहीं, मैं गलत नहीं, इंडियन गवर्नमेंट नहीं पे कर दी होगी। नहीं नहीं नहीं, उधर एक सब्सिडी जरूर मिलती है हज वाले। सुनता लो। दूसरी मैं एक इंपॉर्टेंट गल कहन लगा, कॉमनवेल्थ कंट्रीज दे विच कोई वीजा नहीं सी 1984 तो पहला। पहला इनिशिएटिव इंडियन स्टेट ने लिया कि इंग्लैंड के जोड़े लोग आ इधर आते उन्होंने उत्ते वीज़ा फी लगेगी, और वो हुण इन्नी हैवी हो गई है स्पैसीफिकली इन द कॉमनवेल्थ कंट्रीज के आम बंदे नू ईवन मतलब बेयर करना दैट बहुत ही ज़्यादा हैवी है। इंडिया ने हर जगह के उत्ते हर्डल्स क्रिएट कीतियां फॉर दैमसेल्स एंड आलसो फॉर द पूअर पीपल हू वॉन्ट टू गो देयर। उत्थे लखां की तादाद दे विच सिख रहिंदे आ इंग्लैंड दे विच। मैं आप पासपोर्ट के उत्ते विदाउट एनी वीज़ा 84 तो पहला किन्नी वारी गया इंग्लैंड दे विच, कोई वीज़ा लैन की जरूरत नहीं सी, कॉमनवेल्थ कंट्रीज़ दे विच वीज़ा फी हुंदी ही नहीं सी। ए सारा इनिशिएटिव जिहड़ा लिया इंडियन स्टेट ने लिया, और हुण इंडियन स्टेट दे उत्ते भारू हो गया, और साडा इन्ना ह्यूज अमाउंट बाहर जा रहा वीज़ा फीस दे राही, अरबा खरबा रुपया बाहर जा रहा। सो पहला तुसीं सोचो, उहदी डैप्थ जाओ, डिप्लोमेसी नूं अंडरस्टैंड करन दी करो, उहदी उह उहियों इतनी कम्यूनलिज़म इस मुल्क दे विच आ कि वह हावी हो जाती है, और जोड़े रियल इशूज आ वो डाउन हो जाते हैं। ठीक है, मैं गुरमीत मांगड़ तौर तो यह सवाल जरूर लाना चाहता, तो कैबिनेट मंत्री जस्ट एड वन वेरी इंपॉर्टेंट पॉइंट, जो कैलाश मानसरोवर यात्रा है वी रेड इट आउट इन द लास्ट, वो 801 डॉलर फी इज पुट ऑन ईच पिलग्रम विच इनकलूड्स एंट्री फी टू द कैलाश मानसरोवर टेंपल। ये गवर्नमेंट ऑफ इंडिया की वैबसाइट है, एंट्री फी टू कैलाश मानसरोवर चाइनीज आर चार्जिंग, और अज एंट्री फी बनाते हैं कि गुरुद्वारे से ऑब्जेक्ट करें, बिल्कुल ये अपनी गल जब आती है तो लुका देंगे, एब्सोल्यूट दे आर हाइडिंग दिस फैक्ट, ऑब्जेक्ट इसलिए नहीं कर रहे भी ये सिखा दा है, इसलिए यू आर पेइंग एंट्री फी टू कैलाश मानसरोवर टेंपल, व्हाई आर यू पेइंग? दो इंडियन गवर्नमेंट दे रही है, मतलब श्रीमान जी गल सिर्फ एक बार आई सी जे तुम इन वेव ऑफ कर सकते हो तो ठीक है, नहीं कर सकते तो ना करो, वास्ते आई सी अपने ही धार्मिक रंग दूजा जिहड़ा ये देने की कोशिश करते ने, ये गल माड़ी है, रंग दिंदा कौन इत्थे बैठ के आपां दिंदे, अच्छा आपां दिंदे। गुरमीत मांगड़ हां जी, तुसीं भी सर्विस फीस ते रौला पाया? देखो असीं रौला नहीं पाया, असीं उन्हां नूं रिक्वेस्ट कीती है
कैप्टन साहब ने आज सवेरे ट्वीट करके रिक्वेस्ट की है कि जे वो वेव ऑफ मतलब जे उन्होंने एक स्टैप चक्या आ जे मतलब एग्रीमेंट तो अलावा भी असी पासपोर्ट दी हो तुहानू इस चीज़ का वेवर दे रहे हैं भी तुसी एनी अपना कोई भी आईडी प्रूफ दिखा के चल जाओ तो जे इफ यू हैव टेकन दैट स्टैप ठीक है तो जे तुसी वेव ऑफ कर दो और इस करके किया जा रहा है क्योंकि ढिल्लों साहब ने दस्या आ कि काफ़ी जिहड़ी अपनी संगत है वह नहीं भी अफोर्ड कर सकती और इस करके जे और मेरा अर्ज भी रहेगा गवर्नमेंट ऑफ इंडिया नू कि जे वो हज ते या मानसरोवर ते कोई सबसिडी दिंदी है जस्ट इन केस पाकिस्तान इज़ वेरी एडमेंट भी असी ये वी डॉलर लेने हैं तो एदे ते भी गवर्नमेंट ऑफ इंडिया कुछ सबसिडी दे सकती है बिकॉज इट इज़ नॉट अ बिजनेस प्रपोजल और एनीथिंग एक श्रद्धा का विषय हैगा तो बड़ी पोलिटिकल पार्टीज़ ਸ਼ਰਧਾਲੂਆਂ ਨੂੰ ਬਿਕੋਜ਼ ਇੰਡੀਆ ਦੇ ਵਿੱਚ ਰਿਲੀਜਨ ਇੱਕ ਬਹੁਤ ਇੰਪੋਰਟੈਂਟ ਫੈਕਟਰ ਅਤੇ ਰੋਲ ਪਲੇ ਕਰਦਾ ਹੈ ਹਰੇਕ ਚੀਜ਼ ਦੇ ਵਿੱਚ ਸੋ ਜੇ ਇੱਕ ਐਕਸਟਰਾ ਸਟੈਪ ਗਵਰਨਮੈਂਟ ਆਫ ਇੰਡੀਆ ਲੈ ਲਵੇ ਮੈਂ ਇਹ ਵੀ 20 ਜਿਹੜੇ ਡਾਲਰਸ ਹੈਗੇ ਆ ਉਹਦਾ ਕੁਛ ਸਬਸਿਡੀ ਹੀ ਮਿਲ ਜਾਏ ਠੀਕ ਹੈ ਅਤੇ ਇਟ ਇਜ਼ ਅ ਵੈਰੀ ਵੈਲਕਮ ਸਟੈਪ ਮੈਂ ਇਹ ਨਹੀਂ ਕਹਿੰਦਾ ਵੀ ਪਾਕਿਸਤਾਨ ਜੇ ਗਵਰਨਮੈਂਟ ਆਫ ਇੰਡੀਆ ਵੀ ਇਨੀਸ਼ੀਏਟਿਵ ਲਵੇ ਇਟ ਇਜ਼ ਅ ਵੈਰੀ ਵੈਲਕਮ ਸਟੈਪ ਹਾਂਜੀ ਕੇਪੀ ਜੀ ਇਹਨਾਂ ਦੇ ਇੱਕ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਇਹ ਐਂਟਰੀ ਫੀ ਜਾਂ ਸਰਵਿਸ ਫੀ ਜਿਹੜੀ $20 ਦੀ ਹੈ ਇਹਨਾਂ ਨੇ ਉਹਨੂੰ ਜਜ਼ੀਆ ਟੈਕਸ ਇਹ ਕਮਿਊਨਲਾਈਜ਼ ਦੀ ਇੰਟਾਇਰ ਥਿੰਗ ਮੇ ਐਸੋਸੀਏਟਡ ਵਿਦ ਮਡੀਵੀਅਲ ਪੀਰੀਅਡ ਟੈਕਸ ਟੂ ਗਿਵ ਇਟ ਅ ਬੈਡ ਨੇਮ ਕੰਸਿਸਟੈਂਟਲੀ ਔਰ ਹੋਇਆ ਕਿ ਇਹ ਜਿਹੜੀ ਸਾਰੀ ਹਿੰਦੁੱਤਵਾ ਫੋਰਸਿਸ ਇੰਡੀਆ 'ਚ ਬੈਠੀਆਂ ਨੇ ਉਹਨਾਂ ਨੇ ਬੜੀ ਵਾਹਵਾ ਕੀਤੀ ਤੇ ਕੋਈ ਯੂ ਨੋ ਨੈਸ਼ਨਲਿਸਟ ਬੰਦਾ ਹੀ ਨਹੀਂ ਹੈ ਅੱਜ ਜਦ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਤੁਸੀਂ ਅੱਜ ਦੇਖੋ ਕੈਪਟਨ ਅਮਰਿੰਦਰ ਸਿੰਘ ਦੀ ਟਿਊਨ ਬਿਲਕੁਲ ਬਦਲੀ ਅੱਜ ਜਜ਼ੀਆ ਦਾ ਨਾਮ ਨਹੀਂ ਲੈ ਰਹੇ ਟੁਡੇ ਇਜ਼ ਵੈਰੀ ਮਾਈਲਡ ਇਨ ਹਿਜ਼ ਯੂ ਨੋ ਲੈਂਗੁਏਜ ਅਬਾਊਟ ਦ ਕਰਤਾਰਪੁਰ ਕੋਰੀਡੋਰ ਸੋ ਆਈ ਥਿੰਕ ਦਿਸ ਨੀਡਸ ਟੂ ਬੀ ਆਈ ਆਨਸਰ ਯੂ ਔਨ ਦੈਟ ਦੇਖੋ ਜੀ ਜਿਹੜਾ ਸਿੱਖ ਧਰਮ ਹੈਗਾ ਜੇ ਆਪਾਂ ਗੁਰੂ ਨਾਨਕ ਦੇਵ ਦੀ ਜੀ ਗੱਲ ਕਰੀਏ ਹੀ ਵਾਜ਼ ਵਨ ਆਫ ਦੀ ਪਰਸਨ ਜਿਹਨਾਂ ਨੇ ਇਸ ਚੀਜ਼ ਦੇ ਉਦੋਂ ਇਸ਼ੂ ਚੱਕਿਆ ਸੀਗਾ ਹੀ ਸਟਾਰਟਡ ਫਰੋਮ ਦੇਅਰ ਵਾਈ ਸ਼ੁਡ ਐਨੀਬਡੀ ਪੇ ਫੋਰ ਯੂ ਨੋ ਹੈਵਿੰਗ ਅ ਫੇਥ ਕਿ ਮੈਂ ਕਿਸੇ ਵੀ ਚੀਜ਼ ਨੂੰ ਮੰਨਾਂ ਉਹਦੇ ਲਈ ਵਾਈ ਸ਼ੁਡ ਆਈ ਪੇ ਦੀ ਗਵਰਨਮੈਂਟ ਐਂਡ ਸਰ ਸਿੱਖੀ ਦੇ ਵਿੱਚ ਵੀ ਡੋਂਟ ਪੇ ਐਨੀਥਿੰਗ ਟੂ ਹੈਵ ਅ ਫੇਥ ਐਂਡ ਸਰ ਅਸੀਂ ਆਪਣੀ ਫੇਥ ਛੱਡੋ ਅਸੀਂ ਹੋਰਾਂ ਦੀ ਫੇਥ ਲਈ ਵੀ ਕੁਰਬਾਨੀਆਂ ਦਿੱਤੀਆਂ ਨੇ ਸਾਡੀ ਕੌਮ ਨੇ ਅਤੇ ਜੇ ਅਸੀਂ ਮਤਲਬ ਕੁਛ ਐਕਸਟਰਾਆਰਡੀਨਰੀ ਤਾਂ ਮੰਨਦੇ ਹੋ ਜੀ ਮੰਨਦੇ ਹੋ ਬਿਲਕੁਲ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਮਨੁੱਖਤਾ ਲਈ ਸੰਦੇਸ਼ ਦਿੱਤੇ ਸੀਗੇ ਸਾਂਝੀਵਾਲ ਦਾ ਸੁਨੇਹੇ ਦਿੱਤੇ ਸੀ ਹਾਂਜੀ ਦਾ ਸਟੇਜਾਂ ਵੱਖਰੀਆਂ ਲਾ ਕੇ ਬੈਠੇ ਹੋਏ ਸਾਰੇ ਲੋਕ ਮੈਂ ਸਰ ਇੱਕ ਇਹਦਾ ਦੇਖੋ ਜੀ ਸਾਡੀ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਥੱਲੇ SGPC ਨੂੰ ਅਪਰੋਚ ਕੀਤਾ ਸੀ ਤਾਂ ਪ੍ਰਪੋਜ਼ਲ ਦਿੱਤਾ ਸੀਗਾ ਵੀ ਜਿਹੜਾ ਮੇਨ ਫੰਕਸ਼ਨ ਹੈਗਾ ਆ ਉਹ ਤੁਸੀਂ ਹੋਸਟ ਕਰ ਲਓ ਆਪਾਂ ਸਾਂਝਾ ਕਰਾਂਗੇ ਔਰ ਜਿਹਦੇ ਵਿੱਚ ਚੀਫ ਗੈਸਟ ਆਪਣੇ ਹੋਮ ਮਿਨਿਸਟਰ ਨੇ ਅਤੇ ਜਿਹੜਾ ਦੂਜਾ ਫੰਕਸ਼ਨ ਹੈਗਾ ਆ ਉਹਨੂੰ ਗਵਰਨਮੈਂਟ ਉਹਦਾ ਉਹਨੂੰ ਕਰ ਲਏਗੀ ਐਂਡ ਨੋਟ ਓਨਲੀ ਦੈਟ ਅੱਜ ਵੀ ਵਾਈਲ ਵੀ ਵਰ ਔਨ ਆਰ ਵੇਟ ਹੇਅਰ ਵੀ ਹੈਡ ਆ ਆਲ ਪਾਰਟੀ ਮੀਟਿੰਗ ਵੇਅਰ ਇਟ ਵਾਜ਼ ਡਿਸਾਈਡਡ ਕਿ ਆਪਾਂ ਇਸ ਚੀਜ਼ 'ਤੇ ਪੋਲੀਟਿਕਸ ਨਹੀਂ ਕਰਨੀ ਹੈਗੀ ਮੇਰੀ ਹੁਣ ਗੱਲ ਸੁਣੋ ਅਸੀਂ ਦੇਖੋ ਅਸੀਂ ਆਲਰੇਡੀ ਗਵਰਨਮੈਂਟ ਆਫ ਪੰਜਾਬ SGPC ਕੋਲ ਜਾ ਕੇ ਉਹਨਾਂ ਨੂੰ ਪ੍ਰਪੋਜ਼ ਕਰਦਾ ਹੈ ਵੀ ਤੁਸੀਂ ਇਹ ਕਰ ਲਓ ਔਰ ਉਦੋਂ ਵੀ ਇਹ ਮੈਸੇਜ ਦਿੱਤਾ ਜਾ ਰਿਹਾ ਵੀ ਇਹਦੇ ਵਿੱਚ ਲੈਟਸ ਨਾਟ ਬ੍ਰਿੰਗ ਪੋਲਿਟਿਕਸ ਇਨਟੂ ਇਟ ਚਲੋ ਠੀਕ ਹੈ ਔਰ ਅੱਜ ਵੀ ਜਿਹੜੀ ਆ ਮੀਟਿੰਗ ਹੋਈ ਸੀ ਇਹਦੇ ਵਿੱਚ ਉਹਨਾਂ ਨੂੰ ਬਕਾਇਦਾ ਇਨਵਾਈਟ ਕੀਤਾ ਗਿਆ ਸੀ 12 ਤਰੀਕ ਤੱਕ ਤੁਹਾਡੇ ਕੋਲ ਹੁਣ ਜੇ ਉਹ ਨਹੀਂ ਆਉਂਦੇ ਜਵਾਬ ਨਹੀਂ ਹੋਣੇ ਤੁਹਾਡੇ ਕੋਲੇ ਮੇਰੇ ਸਵਾਲਾਂ ਦੇ ਜਵਾਬ ਹੋਣੇ 12 ਤਰੀਕ ਤੱਕ ਮੈਂ ਇਸ ਮੰਚ ਤੇ ਕਹਿ ਰਿਹਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਹਿ ਰਿਹਾ ਨਾਲੇ ਬਿਲਕੁਲ ਵਾਪਸ ਸਾਰੇ ਹੋਰ ਸਵਾਲ ਪੁੱਛੂਗਾ ਜਰੂਰ ਤੁਹਾਡੇ ਕਿਉਂ ਪੁੱਛਣੇ ਕਰਤਾਰ ਭੁੱਲਾਂਗੇ ਤੇ ਸਾਂਝੀ ਵਾਲਤਾ ਇਹ ਥਾਂ ਸ਼ਰਤਾਂ ਪਾਰੂ ਕਿਉਂ ਹੈਗੀਆਂ ਗੁਰਪ੍ਰੀਤ ਲੋ ਸੰਖੇਪ ਵਿੱਚ ਮੈਨੂੰ ਤੁਹਾਡਾ ਜਵਾਬ ਚਾਹੀਦਾ ਕੈਬਨਿਟ ਮੰਤਰੀ ਚਰਨ ਸਿੰਘ ਚੰਨੀ ਇਲਜ਼ਾਮ ਲਾਉਂਦੇ ਆ ਕਿ ਜਿਹੜਾ ਪੰਜਾਬ ਸਰਕਾਰ ਨੇ ਵਫਦ ਭੇਜਿਆ ਸੀ 31 ਮੈਂਬਰਾਂ ਦੀ ਸੂਚੀ ਭੇਜੀ ਸੀ ਉਹਦੇ 'ਚ ਤੁਸੀਂ ਸਾਰਿਆਂ ਨੂੰ ਮਨਜ਼ੂਰੀ ਨਹੀਂ ਦਿੱਤੀ ਅਤੇ ਉਹ ਤੁਹਾਡੀ ਅਤੇ ਅਕਾਲੀ ਦਲ ਦੀ ਮਿਲੀ ਭੁਗਤ ਦੇ ਨਾਲ ਹੋਇਆ
एक मिस्टर परमजीत सरना ने इल्जाम लाया है कि उन्होंने उधर जाने तो रोकन के पिछे भी तुसी दोनों मिले हुए हो अकाली दल ते बीजेपी। इस सवाल का जवाब की दोगे? इस सवाल का जवाब मैंने पहले यह दसो भी जी 31 मैंबरों की लिस्ट सी कि कल्ले कांग्रसियों की सी ਉਹਦੇ ਵਿੱਚ ਅਕਾਲੀ ਦਲ ਦੇ ਵੀ ਮੈਂਬਰ ਸਨ ਉਹਦੇ ਵਿੱਚ ਹੋਰ ਪਾਰਟੀਆਂ ਦੇ ਵੀ ਨੁਮਾਇੰਦੇ ਸਨ ਇਸ ਲਈ ਉਹ ਪਾਕਿਸਤਾਨ ਦੀ ਐਮਬੈਸੀ ਨੇ ਕੀਤਾ ਜੋ ਕੀਤਾ ਉਹਦੇ ਵਿੱਚ ਹਿੰਦੁਸਤਾਨ ਦੀ ਗਵਰਨਮੈਂਟ ਦਾ ਕੀ ਮਤਲਬ ਹੈ ਪਾਕਿਸਤਾਨ ਦੀ ਐਮਬੈਸੀ ਨੇ ਸਾਡਾ ਕੋਈ ਰੋਲ ਨਹੀਂ ਉਹਦੇ ਵਿੱਚ ਕੋਈ ਰੋਲ ਹੈ ਹੋ ਵੀ ਨਹੀਂ ਸਕਦਾ ਲਿਸਟ ਗਈ ਉਹਨਾਂ ਨੇ ਜਾ ਕੇ ਆਪਣਾ ਵਫਦ ਨੇ ਉੱਥੇ ਅਪਲਾਈ ਕੀਤਾ ਉਹਨਾਂ ਦੇ ਪਾਕਿਸਤਾਨ ਐਮਬੈਸੀ ਦੇ ਵਿੱਚ ਪਾਕਿਸਤਾਨ ਦੀ ਐਮਬੈਸੀ ਮਨਾ ਕਰ ਚਲੋ ਇੱਕ ਸਾਡਾ ਕੀ ਲੈਣ ਦੇਣਾ ਦੂਜੀ ਗੱਲ ਪਰਮਜੀਤ ਸਿੰਘ ਸਰਨਾ ਜੇ ਉਹਨਾਂ ਨੇ ਪਾਕਿਸਤਾਨ ਜਾਣਾ ਹੈ ਤਾਂ ਉਹਦੇ ਵਿੱਚ ਇੰਡੀਅਨ ਗਵਰਨਮੈਂਟ ਕਿਉਂ ਰੋਕੂਗੀ ਉਹਨਾਂ ਨੂੰ ਭਾਈ ਸਾਡਾ ਕੋਈ ਮਤਲਬ ਨਹੀਂ ਆਇਆ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਰੋਕਿਆ ਉਹਨਾਂ ਨੂੰ ਉਹਨਾਂ ਤੇ ਇੱਕ ਪੁਰਾਣਾ ਕੇਸ ਸੀਗਾ ਉਸ ਕੇਸ ਦਾ ਹਵਾਲਾ ਦੇ ਕੇ ਰੋਕਿਆ ਗਿਆ ਤੇ ਮਿਸਟਰ ਸਰਨਾ ਦਾ ਜਵਾਬ ਹੈਗਾ ਕਿ ਉਹ ਇਸ ਤੋਂ ਬਾਅਦ ਕਿੰਨੀ ਵਾਰੀ ਪਾਕਿਸਤਾਨ ਜਾਏ ਆ ਉਦੋਂ ਕਿਉਂ ਨਹੀਂ ਰੋਕਿਆ ਗਿਆ ਸਿਰਫ ਇੰਡੀਅਨ ਗਵਰਨਮੈਂਟ ਨੂੰ ਬਦਨਾਮ ਕਰਨ ਲਈ ਇਹੋ ਜਿਹੇ ਬਾਨੇਬਾਜ਼ੀਆਂ ਕੱਢੀਆਂ ਜਾਂਦੀਆਂ ਨੇ ਔਰ ਇੰਡੀਅਨ ਗਵਰਨਮੈਂਟ ਨੂੰ ਕਿਸ ਤਰੀਕੇ ਨਾਲ ਘੇਰ ਕੇ ਬਦਨਾਮ ਕੀਤਾ ਔਰ ਵਾਰ ਵਾਰ ਆ ਜਿਹੜੀਆਂ ਹਿੰਦੁੱਤਵ ਫੋਰਸਿਸ ਵਿੱਚ ਲਿਆ ਕੇ ਬਿਠਾ ਦਿੰਦੇ ਨਾ ਵਿਕਰਮਜੀਤ ਜੀ ਇਹ ਇਹ ਕੋਈ ਬਹੁਤ ਚੰਗੀ ਗੱਲ ਨਹੀਂ ਕਰਦੇ ਪਾੜਾ ਪਾਉਣ ਦਾ ਕੰਮ ਕਰਦੇ ਨੇ ਸਿੱਖਾਂ ਦੇ ਹਿੰਦੂਆਂ ਦੇ ਵਿੱਚ ਕੋਈ ਐਂਗਲ ਨਹੀਂ ਹੈਗਾ ਇਸ ਚੀਜ਼ ਦਾ ਤੁਸੀਂ ਬੇਵਜ੍ਹਾ ਇਹਨਾਂ ਤੇ ਇਲਜ਼ਾਮ ਲਾ ਰਹੇ ਹੋ ਨਹੀਂ ਬੇਵਜ੍ਹਾ ਕਿਉਂ ਇਲਜ਼ਾਮ ਲਾ ਤੁਹਾਡੇ ਵਫਦ ਨੂੰ ਕਿੰਨੇ ਰੋਕਿਆ ਇਹ ਕਹਿੰਦੇ ਪਾਕਿਸਤਾਨ ਨੇ ਰੋਕਿਆ ਨਹੀਂ ਜੀ ਦੇਖੋ ਸ਼ਾਇਦ ਢਿੱਲੋਂ ਸਾਹਿਬ ਨੂੰ ਪਤਾ ਨਹੀਂ ਹੁੰਦਾ ਕੋਈ ਵੀ ਬਿਊਰੋਕਰੇਟ ਜਾਂ ਪੋਲੀਟੀਸ਼ੀਅਨ ਵਿਕਰਮ ਜੀ ਮੇਰੀ ਗੱਲ ਨਾਲ ਸਹਿਮਤ ਹੋਣਗੇ ਸਪੈਸ਼ਲੀ ਵੈਨ ਇਟ ਇਜ਼ ਅਬਾਊਟ ਪਾਕਿਸਤਾਨ ਜੇ ਕਿਸੇ ਨੇ ਗਵਰਨਮੈਂਟ ਆਫ ਇੰਡੀਆ ਜਾਂ ਕਿਸੇ ਵੀ ਸਟੇਟ ਗਵਰਨਮੈਂਟ ਦੇ ਅਦਾਰੇ ਨਾਲ ਰਿਲੇਟਡ ਹੋਊਗਾ ਜੇ ਉਹਨੇ ਪਾਕਿਸਤਾਨ ਜਾਣਾ ਹੀ ਹੈਜ਼ ਟੂ ਗੈਟ ਅਪਰੂਵਲ ਫਰੋਮ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਸਰ ਸਹੀ ਹੈ ਕਿ ਗਲਤ ਹੈ ਇਫ ਇਟਸ ਅ ਪੋਲੀਟੀਕਲ ਵਿਦ ਇਟ ਸਰਟਨਲੀ ਹਾਂਜੀ ਸੋ The list has actually gone to the ministry, which is headed by, ਮੇਰੇ ਖਿਆਲ ਨਾਲ ਬੀਜੇਪੀ ਦੀ ਸਰਕਾਰ ਹੈ ਠੀਕ ਹੈ ਜਿੱਥੇ ਜਿਹੜੇ ਸਰਨਾ ਸਾਹਿਬ ਕਹਿ ਰਹੇ ਆ ਜਾਂ ਚੰਨੀ ਜੀ ਨੇ ਸਾਡਿਆਂ ਨੇ ਐਲੀਗੇਸ਼ਨ ਲਾਏ ਆ ਉਹ ਬਿਲਕੁਲ ਸਹੀ ਗਰਾਊਂਡਸ 'ਤੇ ਲਾਏ ਹੈਗੇ ਆ ਠੀਕ ਹੈ ਉਹ ਤੁਸੀਂ ਨਾਮ ਡ੍ਰੌਪ ਕੀਤੇ ਹੈਗੇ ਆ ਵਾਈ ਵੁੱਡ ਪਾਕਿਸਤਾਨ ਹੈਵ ਐਨੀ ਓਬਜੈਕਸ਼ਨ ਟੂ ਇਟ ਆਈ ਥਿੰਕ ਕੇ ਪੀ ਦ ਫੈਕਟ ਇਜ਼ ਆਈ ਥਿੰਕ ਪਾਕਿਸਤਾਨ ਨੇ ਇਹਨਾਂ ਦੀ ਜਿਹੜੀ ਕਾਂਗਰਸ ਗਵਰਨਮੈਂਟ ਦੀ 31 ਮੈਂਬਰ ਡੈਲੀਗੇਸ਼ਨ ਕਾਂਗਰਸ ਆਈ ਥਿੰਕ ਪਾਕਿਸਤਾਨ ਨੇ ਉਹਨਾਂ ਨੂੰ ਵੀਜ਼ਾ ਨਹੀਂ ਦਿੱਤੇ ਬਿਕੋਜ਼ ਆਈ ਥਿੰਕ ਪਾਕਿਸਤਾਨ ਫਿਰ ਕਿਉਂ ਕਹਿ ਰਹੇ ਅਕਾਲੀ ਦਲ ਤੇ ਬੀਜੇਪੀ ਮਿਲ ਕੇ ਕਰਾ ਰਹੇ ਨਹੀਂ ਇਹਨਾਂ ਦੇ ਤੇ ਜੀ ਦੇ ਆਰ ਗੋਇੰਗ ਟੂ ਕੀਪ ਮਿਸਟਰ ਸਰਨਾ ਵੀ ਇਹ ਗੱਲ ਕਹਿ ਰਹੇ ਹਰ ਗੱਲ ਦੇ ਇਲਜ਼ਾਮ ਸਰਨਾ ਦੀ ਪ੍ਰੋਬਲਮ ਜੈਨੂਇਨ ਹੈ ਬਿਕੋਜ਼ ਸਰਨਾ ਸਿਰਫ 2 ਹਫਤੇ ਪਹਿਲੇ ਪਾਕਿਸਤਾਨ ਹੋ ਕੇ ਆਇਆ ਐਂਡ ਹੀ ਵਾਸ ਨਾਟ ਸਟਾਪਡ ਹੀ ਵਾਸ ਅਲਾਊਡ ਟੂ ਗੋ ਮਿਸਟਰ ਸਰਨਾ ਦੇ ਮਾਮਲੇ ਦਾ ਸਿਆਸਤ ਆ ਨਾ ਬਿਲਕੁਲ ਹੋਮ ਮਿਨਿਸਟਰੀ ਆਫ ਗਵਰਨਮੈਂਟ ਆਫ ਇੰਡੀਆ ਦੇ ਸਿਆਸਤ ਮਿਸਟਰ ਸਰਨਾ ਦੇ ਸਵਾਲ ਤੇ ਮੈਂ ਤੁਹਾਡੇ ਤੋਂ ਕਮੈਂਟ ਜ਼ਰੂਰ ਲਵਾਂਗਾ ਅੱਛਾ ਕੇਪੀ ਜੀ ਕੋਈ ਨਾ ਕੋਈ ਕਾਰਨ ਜ਼ਰੂਰ ਰਿਹਾ ਹੋਊਗਾ ਕੇਪੀ ਜੀ ਮੈਂ ਇੱਕ ਆਈ ਥਿੰਕ ਦ ਮੋਰ ਇੰਟਰਸਟਿੰਗ ਪੁਆਇੰਟ ਵਿਚ ਇਜ਼ ਨਾਟ ਗੋਇੰਗ ਟੂ ਕਮ ਅਪ ਇਜ਼ ਨਵਜੋਤ ਸਿੱਧੂ ਹਾਂ ਮੈਂ ਉਸ ਨਵਜੋਤ ਸਿੱਧੂ ਹੈਜ਼ ਬੀਨ ਗਿਵਨ ਅ ਸਪੈਸ਼ਲ ਇਨਵਾਈਟ ਬਾਈ ਦੀ ਪਾਕਿਸਤਾਨੀ ਗਵਰਨਮੈਂਟ ਨਾਓ ਹੁਣ ਗਵਰਨਮੈਂਟ ਆਫ ਇੰਡੀਆ ਉਹਨੂੰ ਪੋਲੀਟੀਕਲ ਕਲੀਅਰੈਂਸ ਦਿੰਦੀ ਹੈ ਜਾਣ ਦੀ ਫਰਸਟ ਇਸ਼ੂ ਇਜ਼ ਦੈਟ ਸੈਕਿੰਡ ਇਸ਼ੂ ਇਜ਼ ਕਿ ਅਗਰ ਨਵਜੋਤ ਸਿੱਧੂ ਓਪਨਿੰਗ ਸੈਰੇਮਨੀ ਲਈ ਜਾਂਦਾ ਹੈ ਤੇ ਕਾਂਗਰਸ ਦੇ ਪ੍ਰਧਾਨ ਮੰਤਰੀ ਜਿਹੜੇ ਰਹੇ ਨੇ ਮਨਮੋਹਨ ਸਿੰਘ ਦੋ ਵਾਰੀ ਉਹਨਾਂ ਨੇ ਰਿਫਿਊਜ਼ ਕਰਤਾ ਕਿ ਮੈਂ ਨਹੀਂ ਜਾਵਾਂਗਾ ਇਨਵਾਈਟ ਰਿਫਿਊਜ਼ ਕਰਤੀ ਔਰ ਨਵਜੋਤ ਸਿੱਧੂ ਐਕਸੈਪਟ ਕਰ ਗਿਆ ਅਗਰ ਤੇ ਇਹ ਬਹੁਤ ਹੀ ਜ਼ਬਰਦਸਤ ਲਈ ਵੀ ਦਿੱਕਤ ਹੋ ਜੂਗੀ ਬੜੀ ਦਿੱਕਤ ਇਹ ਬੜਾ ਬੜੀਆਂ ਗੇਮਾਂ ਖੇਡੀਆਂ ਜਾ ਰਹੀਆਂ ਨੇ ਕਈ ਰਿਓੜੀਆਂ ਸੁੱਟੀਆਂ ਜਾ ਰਹੀਆਂ ਨੇ ਕਿਹੜੀ ਚੁੱਕ ਲੈਨੇ ਹੋ ਕਿਹੜੀ ਦੇ ਨਾਲ ਕੀ ਵਿੱਚ ਉਤੋਂ ਚਾਰ ਦੀ ਗੱਲ ਕੇ ਤੁਹਾਨੂੰ ਇਹਨਾਂ ਨੇ ਕਈ ਕੁਝ ਖਵਾਉਣਾ ਸੋ ਯੂ ਮਿਸਟਰ ਮੰਗੜ ਇੱਕ ਮਿੰਟ ਪਲੀਜ਼ ਡਾਕਟਰ ਲੋਦਾ ਮੈਨੂੰ ਕਮੈਂਟ ਲੈ ਲੈਂਦਾ ਹਾਂਜੀ ਦੇਖੋ ਗੱਲ ਮਿਸਟਰ ਸਰਨਾ ਬਾਰੇ ਮੈਨੂੰ ਥੋੜਾ ਸਮਝਾਓ ਹਾਂ ਮੈਂ ਸਮਝਾ ਲਾਂ ਹਾਂ 2012 ਦਾ ਕੇਸ ਆ ਜਿਹੜਾ ਉਹਨਾਂ ਨੇ ਹੁਣ ਪਿਕਅਪ ਕਰ ਲਿਆ ਹੈਗਾ ਇਹ ਸ਼ੀਲਾ ਦੀਕਸ਼ਿਤ ਦੀ ਗਵਰਨਮੈਂਟ ਵੇਲੇ ਹੋਇਆ ਸੀ ਹਾਂਜੀ ਸ਼ੀਲਾ ਦੀਕਸ਼ਿਤ ਦੀ ਗਵਰਨਮੈਂਟ ਵੇਲੇ ਹੋਇਆ ਸੀ ਉਹ ਇੱਕ ਕਾਲਜ ਸੀ ਮੈਡੀਕਲ ਕਾਲਜ ਉਸ ਦਾ ਇਸ਼ੂ ਸੀਗਾ ਉਸ ਦੇ ਉੱਤੇ ਕੋਈ ਕਿਸੇ ਕਿਸਮ ਦਾ ਉਹਨਾਂ ਨੇ ਕੇਸ ਨਹੀਂ ਰਜਿਸਟਰ ਕੀਤਾ ਕੋਈ ਉਹਨਾਂ ਨੇ ਮਤਲਬ ਕਿਸੇ ਕਿਸਮ ਦੀ ਉਸ ਦੀ ਅਗਾਹਾਂ ਉਸ ਨੂੰ ਐਕਸਟੈਂਡ ਨਹੀਂ ਕੀਤਾ ਮਤਲਬ ਕੰਪਲੇਂਟ ਸੀ ਕੰਪਲੇਂਟ ਦੇ ਉੱਤੇ ਉਹਨਾਂ ਨੇ ਕੇਸ ਰਜਿਸਟਰ ਕੀਤਾ 2012 'ਚ ਜਿਸ ਤਰ੍ਹਾਂ ਵਿਕਰਮਜੀਤ ਨੇ ਕਿਹਾ 2012 ਵੇਰੀ ਜਿਹੜਾ ਮਿਸਟਰ ਸਰਨਾ ਹੈ ਉਹ ਬਾਹਰ ਜਾ ਚੁੱਕਿਆ ਉਸ ਦੇ ਵਿੱਚ ਪਾਕਿਸਤਾਨ ਦੇ ਵਿੱਚ ਉਹਦੇ ਕੋਲ ਮਲਟੀਪਲ ਵੀਜ਼ਾ ਹੈਗੇ ਉਹਦੇ ਸਾਰੇ ਜਿਹੜੇ ਪਾਸਪੋਰਟ ਆ ਉਹਨਾਂ 'ਤੇ ਮਲਟੀਪਲ ਵੀਜ਼ਾ ਆ ਕਿਉਂਕਿ ਹੀ ਇਜ਼ ਅ ਬਿਗ ਬਿਜ਼ਨਸਮੈਨ ਔਰ ਉਹਦਾ ਸਾਰਾ 100% ਜਿੰਨੀ ਵੀ ਉਹਦੀ ਮੈਨੂਫੈਕਚਰਿੰਗ ਆ ਉਹ ਐਕਸਪੋਰਟ ਓਰੀਐਂਟਡ ਹੈਗੀ 100% ਤੋ 24 ਘੰਟੇ ਉਹਦਾ ਜਹਾਜ਼ਾਂ ਦੇ ਵਿੱਚ ਹੀ ਰਹਿੰਦਾ ਤੋ ਇਸ ਕਿਸਮ ਦੀ ਹਮਾਕਤ ਕਰਨੀ ਮੈਂ ਸਮਝਦਾ ਇੰਡੀਅਨ ਸਟੇਟ ਦੀ ਬਹੁਤ ਹੀ ਨਾਦਾਨੀ ਹੈ ਔਰ ਬਹੁਤ ਹੀ ਇਹ ਨੈਰੋ ਮਾਈਂਡਡ ਮੈਂ ਥੋੜਾ ਇੱਕ ਚੀਜ਼ ਹੋਰ ਸਮਝਾ ਦੋ ਡਾਕਟਰ ਲੋ ਹਾਂਜੀ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕਿਹਾ ਗਿਆ ਸੀਗਾ ਇੱਕ ਨਗਰ ਕੀਰਤਨ ਜਾਊਗਾ ਹਾਂਜੀ ਹਾਂਜੀ ਜੋ ਦਿੱਲੀ ਕਮੇਟੀ ਨੂੰ
ਇਹ ਕਿਹਾ ਗਿਆ ਸੀਗਾ ਜਿਹਨਾਂ ਨੂੰ ਮਨਜ਼ੂਰੀ ਹੈਗੀ ਉਹ ਚਲੇ ਜਾਣ ਅਤੇ ਸਾਂਝਾ ਜਾਵੇ। ਹਾਂ ਹਾਂ, ਉਸ ਦਾ ਇਸ ਸਰਨਾ ਸਾਹਿਬ ਨੂੰ ਰੋਕੇ ਜਾਣ ਦਾ ਕੋਈ ਤਾਲੁਕ ਹੈ ਜਾਂ ਨਹੀਂ? ਉਹ ਦੇਖੋ, ਜਿਹੜੀ ਪਾਕਿਸਤਾਨ ਗਵਰਨਮੈਂਟ ਨੇ ਸਰਨੇ ਨੂੰ ਇਨਵਾਈਟ ਕੀਤਾ, ਉਸ ਨੇ ਜਿਹੜੇ ਦੂਸਰੇ ਨਗਰ ਕੀਰਤਨਾਂ ਨੂੰ ਉਹਨਾਂ ਨੂੰ ਨਹੀਂ ਇਨਵਾਈਟ ਕੀਤਾ, ਅਤੇ ਇਹ ਤਾਂ ਹੋਸਟ ਨੇ ਦੱਸਣਾ। ਹੁਣ ਮੇਰੇ ਘਰ ਕੋਈ ਫੰਕਸ਼ਨ ਹੋ ਰਿਹਾ, ਮੈਂ ਬਿਕਰਮਜੀਤ ਨੂੰ ਬੁਲਾਉਣਾ ਜਾਂ ਨਾ ਹੀ ਬੁਲਾਉਣਾ, ਦੈਟ ਇਜ਼ ਮਾਈ ਡਿਸਕ੍ਰਿਪਸ਼ਨ, ਦੈਟ ਇਜ਼ ਨਾਟ ਐਨੀਬਾਡੀਜ਼ ਐਲਸ ਡਿਸਕ੍ਰਿਪਸ਼ਨ। ਤੋ ਇਸ ਕਰਕੇ ਪਾਕਿਸਤਾਨ ਦੀ ਡਿਸਕ੍ਰਿਪਸ਼ਨ ਆ ਉਸਨੇ ਕਿਸ ਨੂੰ ਬੁਲਾਉਣਾ, ਕਿਸ ਨੂੰ ਨਹੀਂ ਬੁਲਾਉਣਾ। ਤੋ ਇਸ ਕਰਕੇ ਇਸ ਕਿਸਮ ਦੀਆਂ ਜਿਹੜੀਆਂ ਨੈਰੋ ਗਰੂਸ ਦੇ ਵਿੱਚ ਦੀ ਕਿਸੇ ਚੀਜ਼ ਨੂੰ ਮਈਅਰ ਕਰਨਾ ਮੈਂ ਸਮਝਦਾ ਲੱਗਦਾ ਨਹੀਂ ਹੈ। ਔਰ ਉਹ ਗੁਰੂ ਨਾਨਕ ਦੇ ਜਿਹੜਾ ਮੈਸੇਜ ਆ ਯੂਨੀਵਰਸਲਿਜ਼ਮ ਦਾ, ਉਸ ਨੂੰ ਡਿਨਾਈ ਕਰਨ ਵਾਲੀ ਗੱਲ। ਠੀਕ, ਗੁਰਮਨੀਤ ਮਾਂਗਰ, ਜਿਵੇਂ ਵਿਕਰਮਜੀਤ ਖਰਾ ਨੇ ਕਿਹਾ ਤੁਹਾਨੂੰ ਪਾਕਿਸਤਾਨ ਨੇ ਡਿਨਾਈ ਕੀਤਾ ਤੁਹਾਡੇ ਡੈਲੀਗੇਸ਼ਨ ਨੂੰ। ਦੇਖੋ ਜੀ, ਉਹ ਪਾਕਿਸਤਾਨ ਨੇ ਨਹੀਂ ਕੀਤਾ ਹੈਗਾ, ਉਹ ਗਵਰਨਮੈਂਟ ਆਫ ਇੰਡੀਆ ਨੇ ਕੀਤਾ ਹੈਗਾ। ਅਤੇ ਸਰਨਾ ਨਹੀਂ ਨਹੀਂ ਸਰਨਾ ਜੀ ਨੂੰ ਫਿਰ ਗਵਰਨਮੈਂਟ ਆਫ ਇੰਡੀਆ ਨੇ ਕੀਤਾ, ਆਰ ਯੂ ਐਕਸੈਪਟਿੰਗ ਦੈਟ? ਚਲੇ ਵੀ ਗਿਆ ਬਟ ਸਰਨਾ ਨੂੰ ਡਿਟੇਨ ਕਰ ਲਿਆ, ਐਂਡ ਵਿਚ ਇਜ ਸਟ੍ਰੇਂਜ ਬਿਕੋਜ਼ ਸਰਨਾ ਦੋ ਹਫ਼ਤੇ ਪਹਿਲੀ ਪਾਕਿਸਤਾਨ ਹੋ ਕੇ ਆਇਆ। ਸੋ ਦੈਟਸ ਵੈਰੀ ਵਿੰਡਿਕਟਿਵ, ਇਟਸ ਅ ਵੈਰੀ ਕਲੀਅਰ ਕੇਸ ਆਫ ਵਿੰਡਿਕਟਿਵ ਐਂਡ ਆਰਬਿਟਰੀ ਐਕਸਰਸਾਈਜ਼ ਆਫ ਪਾਵਰ। There is no justification. Basically, this credit war te siyasi badla khore vich chalina. As far as now we come to a deeper understanding of why Sirsa's Nagar Kirtan nu band na allow kita aur Sarne nu allow karta. Ede vich bhi Pakistan ne again Pakistan ne game khedi, game khedi hai, bilkul game khedi hai. I agree with the BJP's representative because ede vich a problem hai us di, kyunki Akali Dal aur Sirsa Pakistan nu bahut zabardast attack karde rehnde ne because they are very close to the BJP. ਸੋ ਉਹਨਾਂ ਨੇ ਕਰਤਾਰਪੁਰ ਨੂੰ ਵੀ ਪਹਿਲਾਂ ISI ਗੇਮ ਪਲਾਨ ਔਰ ਉਹ ਗਾਲਾਂ ਕੱਢੀਆਂ ਜੀ ਕਰਤਾਰਪੁਰ ISI ਹੈ, ਉਹ ਹੈ, ਇਹ ਹੈ। ਸੋ ਪਾਕਿਸਤਾਨ ਰਿਮੈਂਬਰਸ, ਇਟ ਹੈਜ਼ ਅ ਮੈਮਰੀ, ਵੇਅਰ ਆ ਸਰਨਾ ਫਰੋਮ ਡੇ ਵਨ ਵੈਲਕਮਡ ਅ ਕਰਤਾਰਪੁਰ ਇਨੀਸ਼ੀਏਟਿਵ, ਹੀ ਵਾਜ਼ ਵੈਰੀ ਪੋਜ਼ਿਟਿਵ ਅਬਾਊਟ। ਇਨਫੈਕਟ ਜਦ ਅਮਰਿੰਦਰ ਸਿੰਘ ਜੀ ਇਨੋਗਰਲ ਸੈਰੇਮਨੀ ਲਈ ਪਾਕਿਸਤਾਨ ਨਹੀਂ ਗਏ ਕਰਤਾਰਪੁਰ ਕੋਰੀਡੋਰ, ਸਰਨਾ ਦੀ ਸਟੇਟਮੈਂਟ ਆਈ ਸੀ ਸੇਇੰਗ ਅਮਰਿੰਦਰ ਸਿੰਘ ਸ਼ੁੱਡ ਹੈਵ ਗੋਨ, ਸਰਨਾ ਹੈਡ ਐਂਡ ਆਲਦੋ ਹੀ ਇਜ਼ ਰਿਲੀਜੀਅਸ ਐਡਵਾਈਜ਼ਰ ਟੂ ਦ ਪੰਜਾਬ ਚੀਫ ਮਿਨਿਸਟਰ, ਬਟ ਹੀ ਸੈਡ ਹੀ ਸ਼ੁੱਡ ਹੈਵ ਗੋਨ। ਸੋ ਪਾਕਿਸਤਾਨ ਅਗੇਨ ਹੈਜ਼ ਅ ਮੈਮਰੀ, ਸੋ ਦੇ ਰਿਮੈਂਬਰ ਦੈਟ। ਸੋ ਇਹ ਪਾਕਿਸਤਾਨ ਇਜ਼ ਆਲਸੋ ਪਲੇਇੰਗ ਪਿਕ ਐਂਡ ਚੂਜ਼, ਇਟ ਇਜ਼ ਨਾਟ ਦੈਟ ਪਾਕਿਸਤਾਨ ਇਜ਼ ਬੀਇੰਗ ਦੋਨਾਂ ਪਾਸੇ ਕੋਈ ਨਾ ਕੋਈ ਯੈਸ ਨਹੀਂ ਨਹੀਂ ਹੁਣ ਹੁਣ ਕੀ ਬੀਜੇਪੀ ਬਟ ਬਟ ਪਲੀਜ਼ ਕੀ ਬੀਜੇਪੀ ਦੇ ਨੁਮਾਇੰਦੇ ਇਹ ਅੱਜ ਤੁਹਾਡੇ ਚੈਨਲ ਤੇ ਐਕਸੈਪਟ ਕਰਨਗੇ ਕਿ ਗਵਰਨਮੈਂਟ ਆਫ ਇੰਡੀਆ ਦਾ ਕੋਈ ਰੋਲ ਨਹੀਂ ਹੈਗਾ? ਆਰ ਯੂ ਵੈਰੀ ਸ਼ੋਰ ਅਬਾਊਟ ਇਟ? ਉਹ ਤਾਂ ਬਿਲਕੁਲ ਠੀਕ ਗੱਲ ਹੈ, ਗਵਰਨਮੈਂਟ ਆਫ ਇੰਡੀਆ ਦਾ ਕੀ ਰੋਲ ਹੈ ਇਹਦੇ ਵਿੱਚ? ਜਿਹੜੇ 31 ਮੈਂਬਰ ਉਹਨਾਂ ਨੇ 31 ਮੈਂਬਰ ਰਿਜੈਕਟਡ ਪਾਕਿਸਤਾਨ ਨੇ ਕੀਤਾ, ਮੈਂ ਰਿਜੈਕਟਡ ਬਾਈ ਪਾਕਿਸਤਾਨ, ਪਲੀਜ਼ ਚੈੱਕ ਅਪ ਦੈਟ। ਇਹਦੇ ਵਿੱਚ ਕੋਈ ਮੈਂ ਇਹਦੇ ਵਿੱਚ ਮੈਂ ਮੰਨ ਲਵਾਂ ਜਾਂ ਨਾ ਮੰਨ ਲਵਾਂ ਵਾਲੀ ਤਾਂ ਕੋਈ ਕਹਾਣੀ ਨਹੀਂ ਹੈਗੀ, ਇਹ ਤਾਂ ਸਭ ਨੂੰ ਪਤਾ। ਔਰ ਦੂਜੀ ਗੱਲ ਆਈ ਹੈ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕੇਪੀ ਸਿੰਘ, ਸਰਨਾ ਠੀਕ ਹੈ ਇੱਕ ਪੁਰਾਣੇ ਆਪਣੇ ਪ੍ਰਧਾਨ ਰਹੇ ਨੇ ਉੱਥੋਂ ਦੇ, ਪਰ ਅੱਜ ਜੇ ਆਪਾਂ ਕਹੀਏ ਵੀ ਇੱਕ ਸਰਨੇ ਦਾ ਵੀਜ਼ਾ ਨਹੀਂ ਲੱਗਿਆ ਜਾਂ ਸਰਨਾ ਉੱਧਰ ਨਹੀਂ ਜਾ ਸਕਦਾ, ਤਾਂ ਇਟ ਮੀਨਸ ਇਹ ਨਹੀਂ ਹੈਗਾ ਕਿ ਸਿੱਖ ਕਮਿਊਨਿਟੀ ਨੂੰ ਪਤਾ ਨਹੀਂ ਕੀ ਧੱਕਾ ਲੱਗ ਗਿਆ। ਠੀਕ ਹੈ, ਉਹਨਾਂ ਦੇ ਕੋਈ ਆਪਣੇ ਪਰਸਨਲ ਇਸ਼ੂ ਹੋਣਗੇ ਜਾਂ ਕੀ ਹੋਣਗੇ, ਪਰਸਨਲ ਇਸ਼ੂ ਨਹੀਂ ਤਾਂ ਕਲੀਅਰ ਕੱਟ ਇਸ਼ੂ ਦਿਖਦਾ ਪਿਆ, ਜੋ ਵੀ ਹੈ ਉਹਨਾਂ ਦੇ ਕੇਸ ਹੈ, ਕੇਸ ਦਾ ਹਵਾਲਾ ਦੇ ਕੇ ਰੋਕਿਆ ਗਿਆ। ਗਵਰਨਮੈਂਟ ਆਫ ਇੰਡੀਆ ਪੂਰੀ ਹਮਾਇਤ ਪੂਰਾ ਇਸ ਵਕਤ 550ਵਾਂ ਗੁਰੂ ਨਾਨਕ ਸਾਹਿਬ ਦਾ ਮਨਾਉਣ ਲਈ ਸਾਰਾ ਖਰਚਾ ਵੀ ਕਰ ਰਹੀ ਹੈ, ਸਾਰੇ ਕੰਮ ਵੀ ਕਰ ਰਹੀ ਹੈ ਜੋ ਕਰਨੇ ਚਾਹੀਦੇ ਨੇ। ਠੀਕ ਹੈ, ਇਸ ਲਈ ਬਿਲਕੁਲ ਇਹੋ ਜਿਹਾ ਐਕਸਪ੍ਰੈਸ਼ਨ ਲੈਣ ਦੇ ਦੀ ਲੋੜ ਨਹੀਂ। ਲਾਸਟ ਮਿੰਟ ਤੁਹਾਡਾ ਚਾਹੀਦਾ, ਦੇਖੋ ਸਾਂਝੀਵਾਲਤਾ ਦਾ ਫਲਸਫਾ ਸਿਆਸਤ ਆਪ ਦੇ ਹਿਸਾਬ ਨਾਲ ਡਿਸਾਈਡ ਕਰਦੀ ਹੈ ਕਿੱਥੋਂ ਤੱਕ ਰੱਖਣਾ ਕਿੱਥੋਂ ਤੱਕ ਨਹੀਂ ਰੱਖਣਾ। ਹਾਂ, ਯੈਸ, ਮਤਲਬ ਜਿਹੜਾ ਨਗਰ ਕੀਰਤਨ ਆ ਸਰਨੇ ਦਾ, ਉਸ 'ਤੇ 1100 ਬੰਦੇ ਆਲਰੇਡੀ ਚਲੇ ਗਏ, ਪਾਲਕੀ ਚਲੀ ਗਈ, ਤਾਂ ਸਰਨੇ ਨੂੰ ਰੋਕ ਦਿੱਤਾ ਗਿਆ। ਆ ਮੈਨੂੰ ਇਸ ਦੇ ਵਿੱਚ ਹੀ ਦੱਸ ਲੱਗਦਾ ਗੱਲ ਜਿਹੜੀ ਇੰਡੀਅਨ ਸਟੇਟ ਆਫ ਪਿਕ ਐਂਡ ਚੂਜ਼ ਕਰ ਰਹੀ ਹੈ। ਸਰਨੇ ਦਾ ਆਪਣਾ ਭਰਾ ਜਿਹੜਾ ਹਰਵਿੰਦਰ ਸਰਨਾ, ਉਹ ਆਲਰੇਡੀ ਚਲਿਆ ਗਿਆ, ਚਲਿਆ ਗਿਆ, ਔਰ 1100 ਬੰਦਾ ਸਿੱਖ ਹੀ ਸੀ ਨਾ, ਸਿੱਖ ਹੀ, ਮੈਂ ਕਹਿ ਰਿਹਾ ਇੰਡੀਅਨ ਗਵਰਨਮੈਂਟ ਨੇ ਨਹੀਂ ਨਾ ਰੋਕਿਆ। ਤੁਸੀਂ ਜਾਂ ਤਾਂ ਤੁਸੀਂ ਬੋਲੋ ਜਾਂ ਮੈਨੂੰ ਬੋਲੋ, ਜਾਂ ਤੁਸੀਂ ਬੋਲੋ ਜਾਂ ਮੈਨੂੰ ਬੋਲੋ, ਨਹੀਂ ਤੁਸੀਂ ਵੀ ਬੋਲੋ, ਵਿੱਚ ਟੋਕੋ ਮਤ, ਡੈਟ ਇਜ਼ ਰੋਕਣਾ ਗਲਤ, ਕੈਰੀ ਆਨ ਪਲੀਜ਼, ਯਾਨੀ ਕਿ ਦੋਨਾਂ ਵੱਲੋਂ ਪਿਕ ਐਂਡ ਚੂਜ਼ ਹੋ ਰਿਹਾ। ਹਾਂ, ਦੋਨਾਂ ਦੇਖੋ, ਜਦੋਂ ਤੁਸੀਂ ਆਪ ਗਲਤ ਗੱਲ ਕਰੋਗੇ ਤਾਂ ਰਿਐਕਸ਼ਨ ਤਾਂ ਆਏਗਾ ਹੀ, ਐਕਸ਼ਨ ਐਂਡ ਰਿਐਕਸ਼ਨ ਹੈ। ਸੋ ਇਸ ਕਰਕੇ ਇਸ ਮੌਕੇ ਦੇ ਉੱਤੇ ਖੁੱਲ੍ਹਦਿਲੀ ਦਿਖਾਉਣੀ ਚਾਹੀਦੀ ਸੀ, ਗੁਰੂ ਨਾਨਕ ਦੇ ਪੁਆਇੰਟ ਆਫ ਵਿਊ ਨੂੰ ਸਮਰਪਿਤ ਹੋ ਕੇ ਬਹੁਤ ਹੀ ਓਪਨ ਹਾਰਟਡਨੈਸ ਦੇ ਵਿੱਚ ਸਾਰੇ ਡਿਸੀਜਨ ਲੈਣੇ ਚਾਹੀਦੇ ਆ, ਨਾ ਕਿ ਪਿਕ ਐਂਡ ਚੂਜ਼ ਕਰੋ, ਸਰਨੇ ਨੂੰ ਰੋਕ ਲਓ, ਫਲਾਣੇ ਨੂੰ ਭੇਜ ਦਿਓ, ਤਿੰਨਕੇ ਨੂੰ ਭੇਜ ਦਿਓ, ਇਸ ਕਿਸਮ ਦੀ ਗੱਲ ਨਹੀਂ ਹੋਣੀ। ਔਰ ਸਟੇਜਾਂ ਜਿਹੜੀਆਂ, ਤਿੰਨ ਸਟੇਜਾਂ ਲੱਗੀਆਂ, ਦੀਜ਼ ਆਰ ਵੈਰੀ ਅਨਫਾਰਚੂਨੇਟ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕੰਡੈਮ ਕਰਦਾ ਕਿ ਕਿਸ ਤਰੀਕੇ ਨਾਲ ਗੋਲਕ ਦਾ ਪੈਸਾ ਜਿਹੜਾ ਉਹ ਬਰਬਾਦ ਕੀਤਾ ਜਾ ਰਿਹਾ, ਪਤਾ ਨਹੀਂ 15 ਕਰੋੜ ਜਾਂ ਪਤਾ ਨਹੀਂ 8 ਕਰੋੜ 7 ਕਰੋੜ ਰੁਪਈਆ ਉੱਥੇ ਲਾ ਦਿੱਤਾ। ਇਸੇ ਤਰੀਕੇ ਨਾਲ ਪੰਜਾਬ ਗਵਰਨਮੈਂਟ ਨੇ ਅੱਡ ਲਾਤੀ, ਇੰਡੀਅਨ ਸਟੇਟ ਅੱਡ ਲਾ ਰਹੀ ਹੈ, ਉੱਥੇ ਮੋਦੀ ਨੇ ਜਾਣਾ। ਤੋ ਇਹ ਕੀ ਖੇਡ ਹੋ ਰਹੀ?
ਜਿਹੜਾ ਗੁਰੂ ਨਾਨਕ ਫੈਡਰਲ ਸਿਸਟਮ ਲਈ ਫੈਡਰਲ ਸਿਸਟਮ ਮੇਰੀ ਸੁਣ ਲਓ ਨਾ, ਗੁਰੂ ਨਾਨਕ ਨੇ ਮਲਕ ਭਾਗੋ ਨੂੰ ਰਿਜੈਕਟ ਕਰਕੇ ਉਸ ਦੀ ਇਨਵੀਟੇਸ਼ਨ ਨੂੰ ਦੂਸਰੇ ਲਾਲੋ ਦੇ ਘਰੇ ਗਏ ਜਿੱਥੇ ਤੱਪੜ ਵੀ ਨਹੀਂ ਸੀ। ਕਿਉਂ ਨਹੀਂ, ਜੇ ਤੁਸੀਂ ਗੁਰੂ ਨੂੰ ਸਮਰਪਿਤ ਹੋ ਕਿਉਂ ਨਹੀਂ ਪੁੰਜੇ ਬੈਠ ਸਕਦੇ? ਕਿਹੜੀ ਤੁਹਾਡੀ ਈਗੋ ਆ, ਕਿਸ ਕਿਸਮ ਦੀ ਤੁਹਾਡੀ ਜ਼ਹਿਨੀਅਤ ਆ? ਤੋ ਇਸ ਕਰਕੇ ਜੇ ਗੁਰੂ ਨਾਨਕ ਨੂੰ ਤੁਸੀਂ ਸਮਰਪਿਤ ਹੋ, ਕਿਸੇ ਸਟੇਜ ਦੀ ਲੋੜ ਨਹੀਂ, ਕਿਸੇ ਕੁਸ਼ਤੀ ਦੀ ਲੋੜ ਨਹੀਂ, ਤੁਸੀਂ ਪੁੰਜੇ ਹੋ ਕੇ ਗੁਰੂ ਨਾਨਕ ਨੂੰ ਸਮਰਪਿਤ ਹੋ ਸਕਦੇ। ਚਲੋ ਚਲੋ, ਉਹ ਗੁਰੂ ਨਾਨਕ ਨੇ ਆਪ ਦਿਖਾਇਆ। ਬਹੁਤ ਬਹੁਤ ਇਹ ਸਿੱਖਿਆ ਦੇਣ ਵਾਲੇ ਕਮੈਂਟ ਹੈਗੇ। ਡਾ ਢਿੱਲੋਂ ਤੁਹਾਡਾ ਬਹੁਤ ਧੰਨਵਾਦ, ਗੁਰਪ੍ਰੀਤ ਢਿੱਲੋਂ ਤੁਹਾਡਾ ਬਹੁਤ ਧੰਨਵਾਦ, ਗੁਰਮਨੀਤ ਮਾਂਗੜ ਤੁਹਾਡਾ ਬਹੁਤ ਧੰਨਵਾਦ, ਵਿਕਰਮਜੀਤ ਸਿੰਘ ਤੁਹਾਡਾ ਬਹੁਤ ਧੰਨਵਾਦ। ਕੁੱਲ ਮਿਲਾ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਫਲਸਫਾ ਦਿੱਤਾ ਹੈਗਾ ਇਸ ਪੂਰੀ ਮਨੁੱਖਤਾ ਨੂੰ, ਇਸ ਪੂਰੇ ਜਗਤ ਨੂੰ, ਉਸ ਫਲਸਫੇ ਨੂੰ ਸਮਝਣ ਦੀ ਜ਼ਰੂਰਤ ਹੈਗੀ ਆ। ਹਉਮੈ ਛੱਡ ਦੇਣੀ ਚਾਹੀਦੀ ਹੈਗੀ ਆ, ਈਗੋ ਤੋਂ ਪਾਸੇ ਹੋਣਾ ਚਾਹੀਦਾ ਹੈਗਾ। ਜਿਹੜੀਆਂ ਸ਼ਰਤਾਂ ਇੱਕ ਦੂਜੇ ਵੱਲ ਲਾਈਆਂ ਜਾ ਰਹੀਆਂ ਹੈਗੀਆਂ, ਉਸ ਸ਼ਰਤਾਂ ਦੇ ਵਿੱਚ ਪਿਕ ਐਂਡ ਚੂਸ ਪੋਲਸੀ ਹੈ ਜਿਹੜੀ, ਉਸ ਨੂੰ ਖਤਮ ਕਰਨਾ ਪਵੇਗਾ, ਤਾਂ ਹੀ ਅਸੀਂ ਗੁਰੂ ਨਾਨਕ ਦੇ ਫਲਸਫੇ ਨੂੰ, ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਸਮਝ ਸਕਾਂਗੇ। ਜੇ ਅਸੀਂ ਸਮਝਣਾ ਚਾਹੁੰਦੇ ਹੈਗੇ ਹਾਂ, ਜੇ ਅਸੀਂ ਸਮਝ ਕੇ ਜਾਣਬੁੱਝ ਕੇ ਸ਼ਰਾਰਤਾਂ ਕਰਦੇ ਹੈਗੇ ਹਾਂ, ਫਿਰ ਦੋਨਾਂ ਪੋਲੀਟੀਕਲ ਪਾਰਟੀਆਂ ਨੂੰ, ਜਿਹੜੀਆਂ ਦੋਨਾਂ ਮੁਲਕਾਂ ਦੀਆਂ ਹੈਗੀਆਂ, ਉਹਨਾਂ ਨੂੰ ਸੋਚਣਾ ਪਵੇਗਾ ਕਿ ਜੇ ਤੁਸੀਂ ਸੰਗਤ ਨੂੰ ਖੜਾਉਣਾ ਬਣਾ ਰਹੇ ਹੋ ਤਾਂ ਹੋ ਸਕਦਾ ਆਉਣ ਵਾਲਾ ਵਕਤ ਜਦੋਂ ਵੋਟਾਂ ਪੈਣਗੀਆਂ ਇੱਧਰ ਜਾਂ ਉੱਧਰ, ਤਾਂ ਇਹੀ ਸੰਗਤ ਹੈ ਜਿਹੜੀ ਉਹ ਫੈਸਲਾ ਵੀ ਸੁਣਾ ਦਿੰਦੀ ਹੈਗੀ ਆ। ਇਹ ਸੰਗਤ ਦੇ ਫੈਸਲੇ ਤੋਂ ਡਰ ਕੇ ਰਹੋ, ਕਿਉਂਕਿ ਇਹਨਾਂ ਦੇ ਨਾਲ ਬਾਬਾ ਨਾਨਕ ਖੜਾ ਹੈ। ਬਹੁਤ ਧੰਨਵਾਦ।